Thank you.
Thank you.
ਮਨ ਮੂਲ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਾ ਦੀਨ ਦੁਨੀਆਂ ਦੇ ਮਨ ਅਧੂਰੇ ਅੰਦਰ ਹਕੀਕਤ ਤੇ ਗੁਰਗਤੀ ਤੇ ਬਿਰਾਜਮਾਨ ਸ਼ਾਹੇ ਸ਼ਹਿਨਸ਼ਾਹ ਚਵਰ ਸ਼ਤ ਸਗਾਸਨ ਦੇ ਮਾਲਕ ਖੰਡਾ ਵੈ ਮੰਡਾਂ ਦੇ ਦਾਤੇ ਸ਼ਬਦ ਗੁਰੂ ਸ਼ਬਦਾ ਅਵਤਾਰ ਜਾਗਦੀ ਜੋਤ ਰਾਜਾਨ ਰਾਜ ਪ੍ਰਧਾਨ ਭਾਨ ਦੇ ਬਾਦ ਦੇ ਮੁਖਾਂ ਮਹਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਇਹਨਾਂ ਦੀ ਪਾਵਨ ਮੁਕੱਦਸ ਨਿੱਘੀ ਗੋਦ ਵਿੱਚ ਹਾਜ਼ਰੀਆਂ ਭਰ ਰਿਹਾ ਹੈ ਅਤੇ ਖਾਲਸੇ ਦੇ ਸਿਰਜਣਾ ਦਿਵਸ ਨੂੰ ਮੁੱਖ ਰੱਖ ਕੇ ਤਵਾਨਾ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਨੇ। ਆਓ ਉਸ ਕਹਿਣ ਦੇ ਕਾਬਲ ਹੋ ਜਾਈਏ। ਦੁਨੀਆਂ ਦੇ ਰਹਿਨਮਾ ਸੱਭੇ ਸਾਡੀਵਾਲ ਦਾ ਸੰਦੇਸ਼ ਦੇਣ ਵਾਲੇ ਚਿੜੀਆਂ ਤੋਂ ਬਾਜਾਂ ਨੂੰ ਤੜਾਉਣ ਵਾਲੇ ਆਮ ਮਨੁੱਖਾਂ ਨੂੰ ਮਸਤੇ ਹੋਏ ਹਾਥੀਆਂ ਨਾਲ ਲੜਾਉਣ ਵਾਲੇ ਜਿਨ੍ਹਾਂ ਦੀ ਬਾਬਤ ਇੱਕ ਕਵੀ ਦਾ ਕਥਨ ਹੈ ਕਹਿੰਦਾ ਬੇਸ਼ਕਈ ਸੀ ਮਨ ਧਾਰ ਹਿੰਦ ਵਾਲੀ ਕਰਨ ਲਾ ਕੇ ਪਾਰ ਲਗਾਉਣ ਵਾਲੇ ਦੇ ਕੇ ਥਾਪੜਾ ਆਪਣੇ ਯੋਧਿਆਂ ਨੂੰ ਮਸਤ ਹਾਥੀਆਂ ਨਾਲ ਲੜਾਉਣ ਵਾਲੇ ਵੀਰ ਖਾਲਸਾ ਪੰਥ ਸਜਾਉਣ ਵਾਲੇ ਟੋਟੇ ਜਿਗਰ ਦੇ ਟੋਟੇ ਕਰਵਾਉਣ ਵਾਲੇ ਪਿਆ ਕੇ ਅੰਮ੍ਰਿਤ ਦੀ ਬੂੰਦ ਪਿਆਰਿਆਂ ਨੂੰ ਸਦਾ ਲੱਗਦਾ ਕੱਲਾ ਲੜਾਉਣ ਵਾਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਦਾਤ ਦੇ ਨਾਲ ਹਾਜ਼ਰੀ ਲਵਾਈਏ। ਜਿਹੜੀ ਫਤਿਹ ਬੜੀ ਔਖੀ ਔਖੀ ਖਾਲਸੇ ਦੀ ਝੋਲੀ ਵਿੱਚ ਪਈ ਹੈ, ਜਿਸ ਫਤਿਹ ਲਈ ਬੜੇ ਮਰਦਾਂ ਵਿੱਚ ਬੜੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਆਓ ਉਸ ਫਤਿਹ ਦੇ ਸਿਮਰਨ ਨੂੰ ਵਿਹਾਈਏ। ਜੇ ਆਸੀਸ ਜਥਾ ਕੁਛ ਕਹਿਣ ਦੇ ਕਾਬਲ ਹੋ ਜਾਵੇ ਪਿਆਰ ਵਿੱਚ ਆਓ ਗੱਜ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਦੇ ਉੱਤੇ ਦਾਤੀ ਭਗਤ ਸੂਰਮੇ ਬੜੇ ਹੋਏ ਨੇ, ਹਰ ਕੋਈ ਦਾਨੀ ਹਰ ਕੋਈ ਭਗਤ ਹਰ ਕੋਈ ਸੂਰਮਾ ਆਪਣੇ ਆਪ ਦੀ ਮਮਤਾ ਦੇ ਹੈ, ਆਪਣੇ ਪਰਿਵਾਰ ਦੀ ਲੜਦਾ ਰਿਹਾ ਹੈ, ਆਪਣੇ ਕੌਮ ਲਈ ਲੜਦਾ ਰਿਹਾ ਹੈ, ਕਿਸੇ ਲਈ ਮਰ ਜਾਣਾ, ਕਿਸੇ ਲਈ ਕੁਰਬਾਨੀ ਦੇ ਦੇਣੀ, ਕਿਸੇ ਲਈ ਆਪ ਕੀ ਹੋ ਜਾਣਾ, ਇਹ ਕੇਵਲ ਤੇ ਕੇਵਲ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਿਰ ਚ ਆਇਆ। ਇੱਕ ਵਿਦਵਾਨ ਦਾ ਕਥਨ ਹੈ ਕਹਿੰਦਾ ਭਗਤ ਸੂਰਮਾ ਦਾਤ ਤੇ ਕਰਨ ਵਾਲਾ ਬਿਰਲਾ ਲਾਲ ਮਾਤਾ ਪੈਦਾ ਕਰੇ ਕੋਈ ਕੋਈ, ਹਰ ਕੋਈ ਆਪਣੀ ਪੰਡ ਉਠਾਉਂਦਾ ਹੈ, ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ, ਮਿੱਠਾ ਬੋਲਣ ਤੇ ਜਦ ਕੁਝ ਹੁੰਦਾ ਕੌੜਾ ਬੋਲਿਆ ਕਿਸੇ ਦਾ ਜਦੇ ਕੋਈ ਕੋਈ, ਮਰਦੀ ਆਪਣੇ ਆਪ ਲਈ ਕੁੱਲ ਦੁਨੀਆਂ ਖਾਤਰ ਕਿਸੇ ਲਈ ਸੂਰਮਾ ਮਰੇ ਕੋਈ ਕੋਈ। ਤਾਂ ਕਲਗੀਆਂ ਵਾਲਾ ਦੁਕਾਨ ਪਾਤਸ਼ਾਹ ਜਿਹਨੂੰ ਲੋਕ ਯਾਦ ਕਰਦੇ ਨੇ ਉਹਦੇ ਸਿੱਖਾਂ ਨੂੰ ਯਾਦ ਕਰਦੇ ਨੇ, ਇਹੀ ਵੀ ਵਿੱਚੋਂ ਨਿਕਲਦਾ ਹੈ
ਕਿ ਦੁਨੀਆਂ ਦੇ ਉੱਤੇ ਕੇਵਲ ਤੇ ਕੇਵਲ ਜੁਝਾਰੂਆਂ ਦੀ ਕੌਮ ਜਿਹੜੀ ਉਹ ਸਿੱਖ ਕੌਮ ਹੈ। ਇਹਨਾਂ ਦਾ ਗੁਰੂ ਜੇ ਤੇਗ ਬਹਾਦਰ ਸੀ ਤੇ ਫਿਰ ਇਹਦੇ ਸਿੱਖ ਵੀ ਤੀਰ ਦੇ ਅੰਦਾਜ਼ੀ ਦੇ ਮਾਹਰ ਹੈ। ਜੇ ਗੁਰੂ ਸਿੱਖਾਂ ਦਾ ਹੁੰਦਾ ਹੈ ਤੇ ਸਿੱਖ ਵੀ ਗੁਰੂ ਲਈ ਆਪਾਂ ਧੁਰ ਕਮਾਉਂਦੇ। ਇੱਕ ਕਵੀ ਦੇ ਬੋਲ ਨੇ ਕਹਿੰਦਾ ਕਿ ਜਿਸਦਾ ਤੇਗ ਦਾ ਧਨੀ ਹੋਵੇ ਸਿੱਖ ਉਸਦਾ ਤੀਰ ਚਲਾਏ ਕਿਉਂ ਨਾ, ਗੁਰੂ ਛੱਡਦਾ ਮਹਿਲ ਤੇ ਵਾੜੀਆਂ ਨੂੰ ਸਿੱਖ ਉਸਦਾ ਜੰਗਲੀ ਜਾਏ ਕਿਉਂ ਨਾ, ਗੁਰੂ ਵਾਰਦਾ ਜਿਗਰ ਦੇ ਪੋਤਿਆਂ ਨੂੰ ਸਿੱਖ ਉਸਦਾ ਤਨ ਚਲਵਾਏ ਕਿਉਂ ਨਾ, ਸਿੱਖ ਗੁਰੂ ਪਿੱਛੇ ਛੱਡਦਾ ਵੇ ਚਲਾਵਾਂ ਤੇ ਗੁਰੂ ਉਸਦੇ ਘਰ ਤੇ ਜਾਏ ਕਿਉਂ ਨਾ। ਗੁਰੂ ਤੇ ਹੋਣਾ ਪੈਂਦਾ, ਗੁਰੂ ਨੂੰ ਮਨ ਅਰਪਣ ਕਰਨਾ ਪੈਂਦਾ, ਪਰ ਮਨ ਅਰਪਣ ਕਾ ਹੋਵੇਗਾ ਜੇ ਮਨ ਦੇ ਉੱਤੇ ਕੰਟਰੋਲ ਹੋਵੇਗਾ। ਜੇ ਮਨ ਦੇ ਉੱਤੇ ਸਾਡਾ ਕੰਟਰੋਲ ਨਹੀਂ ਫਿਰ ਗੁਰੂ ਨੂੰ ਮਨ ਕਦੇ ਵਾਸਤੇ ਅਰਪਣ ਨਹੀਂ ਹੋ ਸਕਦਾ। ਆਉਣਾ ਗੁਰੂ ਦਰਬਾਰ ਵਿੱਚ ਸੋਚ ਹੋਣੀ, ਮੇਰੇ ਘਰ ਵਿੱਚ ਆਹ ਕੰਮ ਰਹਿੰਦਾ, ਮੇਰਾ ਫਲਾਨਾ ਕੰਮ ਰਹਿੰਦਾ, ਮੈਂ 10 ਮਿੰਟ ਪਹਿਲਾਂ ਚੱਲਿਆ ਜਾਵਾਂ ਜਾਂ ਮੈਂ ਨਮਸਕਾਰ ਕਰਕੇ ਮੁੜ ਜਾਵਾਂ ਆਪਣੇ ਘਰੇ ਹੁਕਮ ਕਰ ਲਵਾਂ, ਠੀਕ ਹੈ। ਮੇਰਾ ਬਾਬਾ ਕਹਿੰਦਾ ਕਿਰਤ ਕਰਨੀ ਸਿੱਖ ਦਾ ਮੁੱਢਲਾ ਕਰਮ ਹੈ, ਪਰ ਜਿੱਥੇ ਕਿਰਤ ਉਹਨੂੰ ਮੁੱਢਲਾ ਕਰਮ ਹੈ ਉੱਥੇ ਉਹਦਾ ਧਰਮ ਵੀ ਮੁੱਢਲਾ ਕਰਮ ਹੈ। ਬਾਬਾ ਵੀ ਕਹਿੰਦਾ ਕਿਰਤ ਵਿਰਤ ਕਰ ਧਰਮ ਕੀ, ਦੋਹਾਂ ਚੀਜ਼ਾਂ ਦਾ ਸਮੇਲ ਹੋਵੇ। ਸਿੱਖ ਕਿਰਤ ਕਰੇ ਨਾਮ ਜਪੇ ਵੱਟ ਕੇ ਸਕੇ ਫਿਰ ਹੀ ਸਿੱਖ ਕਮਾਉਂਦਾ ਹੈ। ਜਿਹੜਾ ਸਿੱਖ ਨਾ ਕਿਰਤ ਕਰੇ ਨਾ ਵੱਟ ਕੇ ਛਕੇ ਨਾ ਨਾਮ ਜਪੇ ਉਹਨੂੰ ਸਿੱਖ ਕਮਾਉਣ ਦਾ ਹੱਕ ਨਹੀਂ। ਤੇ ਗੁਰੂ ਨਾਨਕ ਦਾ ਘਰ ਉਹ ਕਿਰਤੀਆਂ ਦਾ ਘਰ ਹੈ, ਉਹ ਮਿਹਨਤ ਕਸ਼ ਲੋਕਾਂ ਦਾ ਘਰ ਹੈ, ਕਿਸੇ ਵਿਹਲੇ ਪਖੰਡੀਆਂ ਜਾਂ ਸਾਧਾ ਦਾ ਕੁੰਡਾ ਨਹੀਂ। ਆਓ ਮੈਂ ਇਸ ਬੰਦੇ ਨਾਲ ਜਾਵਾਂ। ਘੜੀ ਆਪਣੀ ਰਫਤਾਰ ਨਾਲ ਚੱਲਦੀ ਹੈ, ਕੇਵਲ 60 ਕੁ ਮਿੰਟ ਆਪ ਜੀ ਦੀ ਖਿਦਮਤ ਵਿੱਚ ਹੋਰ ਹਾਜ਼ਰ ਹੋਣਾ ਹੈ ਤੇ ਜਿਹੜਾ ਵਿਸ਼ਾ ਕੱਲ ਛੱਡਿਆ ਸੀ ਹੁਣ ਉਹਨੂੰ ਹੀ ਪੂਰਾ ਕੀਤਾ ਜਾਵੇ ਤਾਂ ਫਿਰ ਹੀ ਸਮਾਗਮ ਬਣ ਜਾਣਾ। ਕਲਗੀਆਂ ਵਾਲੇ ਗੁਰੂ ਨੇ ਸਾਡੇ ਲਈ ਬੜਾ ਕੁਝ ਕੀਤਾ, ਕਲਗੀਆਂ ਵਾਲੇ ਦੀ ਸਾਡੇ ਲਈ ਬੜੀ ਵੱਡੀ ਕੁਰਬਾਨੀ ਹੈ। ਇੱਕ ਵਿਦਵਾਨ ਕਲਗੀਆਂ ਵਾਲੇ ਦੀ ਅਜਮਤ ਨੂੰ ਤੱਕਦਾ ਕਹਿੰਦਾ, ਉਹ ਕਹਿੰਦਾ ਕਲਗੀ ਵਾਲੇ ਦੀ ਜੱਗ ਨੂੰ ਸ਼ਾਨ ਵੱਖਰੀ ਰੰਗ ਨਵਾਂ ਹੀ ਉਹਦੇ ਜਗਕਾਰਿਆਂ ਤੇ ਛੱਟੇ ਅਮਰਤ ਦੇ ਨੈਣਾਂ ਤੇ ਜਦੋਂ ਮਾਰੇ ਲੱਜਕਰ ਕੀ ਪੰਨਾ ਪਿਆਰੇ ਅਤੇ ਛੇਜਾ ਮੱਖਣ ਦੀ ਛਰਮ ਜਾਂ ਗੁੱਪ ਹੋਈਆਂ ਨਾਹੀ ਸੌ ਗਿਆ ਕੰਡੇ ਚਲਾਰਿਆਂ ਤੇ ਉਹਦੇ ਨੈਣਾਂ ਵਿੱਚ ਪਿਆਰ ਦਾ ਹੜ ਵਗਦਾ ਦਿਲ ਵਰ ਲੁੱਟਿਆ ਗਿਆ ਇਸ਼ਾਰਿਆਂ ਤੇ। ਹਜ਼ੂਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਕੱਲ ਤੁਸਾਂ ਨੇ ਸਰਵਣ ਕੀਤਾ, ਅਨੰਦਪੁਰ ਸਾਹਿਬ ਤੋਂ ਤੁਰੇ ਸੰਸਾਰ ਤੇ ਆਏ ਉੱਥੇ ਕਮਸਾਨ ਦਾ ਯੁੱਧ ਹੋਇਆ, ਇੱਕ ਬੰਦੇ ਆਸਾ ਦੀ ਵਾਰ ਦਾ ਕੀਰਤਨ ਹੋ ਗਿਆ, ਦੂਸਰੇ ਬੰਦੇ ਦੁਨੀਆਂ ਦੀ ਉਹ ਲੰਘ ਜਿੱਥੇ ਇੱਕ ਬੰਦੇ ਰੱਬ ਦਾ ਨਾਂ ਲਿਆ ਜਾ ਰਿਹਾ ਹੋਵੇ ਤੇ ਦੂਸਰੇ ਬੰਦੇ ਰੜ ਪੱਤੇ ਘਾਲਾ ਤੇ ਟੇਕਾ ਖੜਕਣ, ਉਹ ਕੇਵਲ ਤੇ ਕੇਵਲ ਇੱਕ ਹੈ ਜਿਹੜੀ ਛੇ ਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਹੁੰਦੀ। ਸੱਤ ਪੋਹ ਦੇ ਅੰਮ੍ਰਿਤ ਵੇਲੇ ਹਜ਼ੂਰ ਜੀ ਸਰਸਾ ਨੂੰ ਪਾਰ ਕੀਤਾ, ਆਪ ਚਮਕੌਰ ਦੀ ਧਰਤੀ ਵੱਲ ਵਧੇ, ਚਮਕੌਰ ਪਿੰਡ ਵਿੱਚ ਜਾ ਕੇ ਪਹਿਲਾ ਬਾਗ ਵਿੱਚ ਉਤਾਰਾ ਕੀਤਾ। ਇੱਥੇ ਫਿਰ ਬਾਅਦ ਵਿੱਚ ਹਜ਼ੂਰ ਉਸ ਭਾਈ ਬੁੱਢੀ ਚੰਦ ਦੀ ਹਵੇਲੀ ਵਿੱਚ ਗਏ, ਉਸ ਕੱਚੀ ਗੜੀ ਦਾ ਸਹਾਰਾ ਲੈ ਕੇ ਦੁਸ਼ਮਣ ਨਾਲ ਵਾਰੀ ਨਾਲ ਜੰਗ ਕੀਤੀ। 2 ਵੱਡੇ ਸਾਹਿਬਜ਼ਾਦੇ 35 ਗੁਰੂ ਕੇ ਸਿੱਖ ਇਸ ਜੰਗ ਵਿੱਚ ਸ਼ਹੀਦ ਹੋਏ।
ਗੁਰੂ ਜੀ ਤਾਰੀ ਤਾਰੀ ਮਾਰ ਕੇ ਵਾਹਿਗੁਰੂ ਕਰਕੇ ਕਿ ਆਹ ਲਾ ਰਿਹਾ ਹਿੰਦ ਦਾ ਪੀਰ, ਜੇ ਕੋਈ ਪੜ੍ਹ ਸਕਦਾ ਤਾਂ ਪੜ੍ਹ ਲਵੇ, ਇਹ ਨਾਲ ਚੁੱਕੇ ਹੋਏ ਇੱਥੋਂ ਆਗਾਹ ਕਰਤਾ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਹਰੂ ਦੇ ਨਾਲ ਗਏ ਨੇ। ਸਮਾਂ ਆਪਣੀ ਗੱਲ ਚੱਲਿਆ, ਹਰੂ ਦੀ ਮਾਛੀ ਘਾਟ ਦੇ ਜੰਗਲਾਂ ਦੇ ਵਿੱਚੋਂ ਵੀ ਹੁੰਦੇ ਹੋਏ ਮਾਲ ਮੱਦੇ ਚਲ ਵੱਧ ਗਏ, ਜਿਹੜਾ ਸਰਸਾ ਨਦੀ ਦੇ ਉੱਤੇ ਜਦੋਂ ਪਰਿਵਾਰ ਨੇ ਸਰਸਾ ਨਦੀ ਪਾਰ ਕੀਤੀ ਤੇ ਗੁਰੂ ਕੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ। ਆਪਾਂ ਅੱਜ ਕੋਸ਼ਿਸ਼ ਕਰਨੀ ਹੈ ਕਿ ਦੂਸਰੇ ਹਿੱਸੇ ਦੀ ਸਾਰੀ ਜਾਣਕਾਰੀ ਲੈ ਲਈਏ। ਹਜ਼ੂਰ ਸੱਚੇ ਪਾਤਸ਼ਾਹ ਦੇ ਪਰਿਵਾਰ ਦਾ ਦੂਸਰਾ ਹਿੱਸਾ ਹੋਇਆ ਮਹਾਗੁਜਰੀ ਤੇ ਨਾਲ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ, ਇਹ ਦੋਵੇਂ ਮਾਂ ਦੇ ਨਾਲ ਜਾ ਰਹੇ ਨੇ। ਸਰਸਾ ਨੂੰ ਪਾਰ ਕੀਤਾ, ਕੀ ਲੱਗਿਆ ਮਾਂ ਅੱਗੇ ਅੱਗੇ ਤੁਰੀ ਜਾਂਦੀ ਹੈ, ਬੱਚੇ ਬਾਕੀ ਬਾਕੀ ਪੂਜੇ ਜਾਂਦੇ ਨੇ, ਦੀਵੇ ਦੀ ਲੋੜ ਵੇਖਦੇ ਹੋਇਆ ਜਾ ਰਹੇ ਨੇ। ਜਿੱਥੇ ਦੀਵਾ ਬਾਲਦਾ ਹੈ, ਜਿਸ ਜਗ੍ਹਾ ਤੋਂ ਰੋਸ਼ਨੀ ਆਉਂਦੀ ਹੈ, ਉਹ ਇੱਕ ਨਿੱਕੀ ਜੀ ਕੱਖਾਂ ਦੀ ਕੁੱਲੀ ਹੈ, ਉਸ ਕੁੱਲੀ ਵਿੱਚ ਇੱਕ ਫਕੀਰ ਰਹਿੰਦਾ ਹੈ ਜਿਹਦਾ ਨਾਂ ਇਤਿਹਾਸ ਨੇ ਪੁੰਮਾ ਮਸ਼ਕੀ ਦੱਸਿਆ। ਬਾਜੁਰਗ ਮਾਤਾ ਨਾਲ ਛੋਟੇ ਦੋ ਸਾਹਿਬਜ਼ਾਦੇ ਉਸ ਕੁੰਮੇ ਮਾਸ਼ਕੀ ਦੀ ਹਵੇਲੀ ਵਿੱਚ ਗਏ, ਉਹਦੀ ਕੁੱਲੀ ਵਿੱਚ ਗਏ, ਰਾਤ ਕੱਟੀ, ਦਿਨ ਚੜਿਆ, ਇੱਥੇ ਇਹਨਾਂ ਨੂੰ ਇਹਨਾਂ ਦਾ ਪੁਰਾਣਾ ਰਸੋਈਆ ਗੰਗੂ ਮਿਲਿਆ। ਗੰਗੂ ਨੇ ਮਾਂ ਨੂੰ ਬੇਨਤੀ ਕੀਤੀ, ਮਾਤਾ ਚੱਲ ਆ, ਮੈਨੂੰ ਪਤਾ ਹੈ ਸਰਕਾਰ ਦਾ ਬੜਾ ਵੱਡਾ ਜ਼ੋਰ ਹੈ ਤੇ ਸਰਕਾਰ ਦੇ ਕੋਲ ਕਰਕੇ ਹੁਣ ਤੇਰਾ ਪੁੱਤਰ ਪਤਾ ਨਹੀਂ ਕਦੋਂ ਆ ਕੇ ਮਿਲੇ, ਤੇਰਾ ਪਰਿਵਾਰ ਕਦੋਂ ਮਿਲੇ। ਮਾਂ ਮੇਰੀ ਤੇਰੇ ਅੱਗੇ ਬੇਨਤੀ ਹੈ, ਜਿੰਨਾ ਚ ਤੇਰਾ ਪਰਿਵਾਰ ਨਹੀਂ ਮਿਲਦਾ, ਤੇਰਾ ਪੁੱਤਰ ਨਹੀਂ ਮਿਲਦਾ, ਤੈਨੂੰ ਗੁਰੂ ਕਾ ਖਾਲਸਾ ਨਹੀਂ ਮਿਲਦਾ, ਤੂੰ ਮੇਰੇ ਨਾਲ ਆ ਕੇ ਰਹਿ ਪੈ, ਮੈਂ ਤੈਨੂੰ ਆਪਣੇ ਘਰ ਵਿੱਚ ਖੜਦਾ। ਮਾਂ ਦੇ ਕੋਲੋਂ ਲੈ ਕੇ ਆ ਗਿਆ, ਮਾਤਾ ਨੂੰ ਤੇ ਦੋ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਖੇੜੀ ਵੱਲ ਨੂੰ ਤੁਰ ਪਿਆ। ਇਸ ਖੇੜੀ ਨੂੰ ਬਹੁਤ ਇਤਿਹਾਸਕਾਰਾਂ ਨੇ ਸਹੇੜੀ ਵੀ ਦੱਸਿਆ। ਸਮਾਂ ਪਿਆ, ਰਸਤੇ ਵਿੱਚ ਸਾਹਿਬਜ਼ਾਦੇ ਮਾਂ ਦੇ ਨਾਲ ਜਾ ਰਹੇ ਨੇ, ਜਾਂਦਿਆਂ ਜਾਂਦਿਆਂ ਮਾਂ ਦੀ ਸੁੱਤੀ ਜੁੜੀ ਹੈ ਆਪਣੇ ਬੱਚਿਆਂ ਦੀਆਂ ਗੱਲਾਂ ਵਿੱਚ। ਬਾਬਾ ਫਤਿਹ ਸਿੰਘ ਸਾਹਿਬ ਉਹ ਸਾਰਿਆਂ ਨਾਲੋਂ ਨਿੱਕਾ ਹੈ, ਉਹਦਾ ਆਪਣੇ ਤਿੰਨੇ ਵੱਡੇ ਭਰਾਵਾਂ ਤੇ ਆਪਣੇ ਬਾਪ ਦੇ ਨਾਲ ਬੜਾ ਵੱਡਾ ਪਿਆਰ ਹੈ। ਅੱਲਾ ਜਾਰਖਾ ਜੋਗੀ ਉਹਨੇ ਇਹ ਸਾਰੇ ਨਕਸ਼ੇ ਨੂੰ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ। ਉਹ ਕਹਿੰਦਾ ਕਿ ਜਦੋਂ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੋਵੇਂ ਜਾਣੇ ਤੁਰੇ ਜਾ ਰਹੇ ਨੇ, ਇੱਕ ਬੰਦੇ ਨਾਲ ਮਾਂ ਜਾ ਰਹੀ ਹੈ, ਮਾਂ ਥੋੜੀ ਅੱਗੇ ਹੈ, ਬੱਚੇ ਥੋੜੇ ਪਿੱਛੇ ਨੇ, ਕੀ ਤੱਕ ਗਈ ਮਾਤਾ ਕਿ ਦੋਵੇਂ ਜਾਣੇ ਕੁਝ ਵਿਚਾਰਾ ਕਰਦੇ ਨੇ। ਉਹ ਵਿਚਾਰਾ ਕਿਹੜੀਆਂ ਨੇ? ਅੱਲਾ ਜਾਰਖਾ ਜੋਗੀ ਲਿਖਦਾ ਕਿ ਬਾਬਾ ਫਤਿਹ ਸਿੰਘ ਕਹਿੰਦਾ ਵੀਰਾ, ਜਬ ਰਬ ਅਜੀਤ ਜੀਤ ਕਰ ਅਜੀਤ ਆਏਗੇ, ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆਏਗੇ, ਕਰਕੇ ਗਿਲਾ ਹਰ ਇੱਕ ਸੇ, ਹਮ ਰੂਠ ਜਾਏਗੇ ਹਮਕੋ ਗਲੇ ਲਗਾ ਕਰ, ਵੋ ਕਹੇਗੇ ਬਾਰ ਬਾਰ ਮਾਨ ਜਾਓ ਮਾਨ ਜਾਓ, ਪਰ ਵੀਰਾ ਹਮ ਨਹੀਂ ਮੰਨੇਗੇ ਜੀਤ ਹਾਰ। ਬਾਬਾ ਫਤਿਹ ਸਿੰਘ ਸਾਹਿਬ ਕਹਿੰਦਾ ਵੀਰਾ, ਆਪਾਂ ਨੂੰ ਆਪਣਾ ਬਾਪੂ ਛੱਡ ਕੇ ਤੁਰ ਗਿਆ, ਆਪਾਂ ਨੂੰ ਆਪਣੀਆਂ ਮਾਵਾਂ ਛੱਡ ਕੇ ਤੁਰ ਗਈਆਂ, ਵੱਡੇ ਵੀਰ ਤੁਰਕੇ ਠੀਕ ਹੈ, ਜੇ ਜਾਣਾ ਸੀ ਸਾਨੂੰ ਦੱਸ ਕੇ ਜਾਂਦੇ, ਸਾਨੂੰ ਮਿਲਣ ਦਾ ਕੋਈ ਇਕਰਾਰ ਤਾਂ ਕਰ ਜਾਂਦੇ। ਵੀਰਾ ਮੇਰਾ ਆਪਣੇ ਵੱਡੇ ਵੀਰਾਂ ਤੋਂ ਬਿਨਾਂ ਜੀ ਨਹੀਂ ਲੱਗਣਾ, ਮੇਰਾ ਆਪਣੇ ਬਾਪੂ ਤੋਂ ਬਿਨਾਂ ਜੀ ਨਹੀਂ ਲੱਗਣਾ,
ਮੇਰਾ ਆਪਣੀਆਂ ਮਾਵਾਂ ਤੋਂ ਬਿਨਾਂ ਜੀ ਨਹੀਂ ਲੱਗਣਾ। ਉਹ ਕਦੋਂ ਆਉਣਗੇ? ਜਦੋਂ ਆਏ ਫਿਰ ਵੀਰ ਜੋਰਾ ਦੱਸਿਆ, ਇੱਕ ਗੱਲ ਯਾਦ ਰੱਖੀ, ਆਪਾਂ ਆਪਾਂ ਆਪਣੇ ਬਾਪੂ ਦੇ ਨਾਲ ਆਪਣੇ ਵੀਰਾਂ ਦੇ ਨਾਲ ਰਸ ਪੈਣਾ। ਆਪਾਂ ਉਹਨਾਂ ਨੂੰ ਕਮਾਉਣਾ ਨਹੀਂ, ਉਹਨਾਂ ਨੂੰ ਪੁੱਛਣਾ ਸਾਡੇ ਤੋਂ ਬਿਨਾਂ ਉਹਨਾਂ ਦਾ ਜੀ ਕਿਵੇਂ ਲੱਗ ਗਿਆ। ਅੱਲਾ ਦਾ ਅਰਥ ਜੋ ਵੀ ਉਹਨੇ ਅੱਗੇ ਫਿਰ ਹਵਾਲਾ ਭਰਿਆ, ਉਹ ਕਹਿੰਦਾ ਬਾਬਾ ਫਤਿਹ ਸਿੰਘ ਸਾਹਿਬ ਦੀ ਗੱਲ ਸੁਣੀ, ਬਾਬਾ ਜੋਰਾਵਰ ਸਿੰਘ ਨੇ ਆਪਣੇ ਵੀਰ ਨੂੰ ਗੱਲ ਵੱਖਰੀ ਪਾਈ। ਅੱਛਾ ਵੀਰਾ, ਠੀਕ ਹੈ, ਦੁੱਖਾਂ ਦੇ ਪਹਾੜ ਟੁੱਟ ਗਏ ਨੇ, ਹੋ ਸਕਦਾ ਆਪਣੇ ਬਾਪੂ ਦੀ ਆਪਣੇ ਵੀਰਾਂ ਦੀ ਕੋਈ ਮਜਬੂਰੀ ਹੋਵੇ। ਜਦੋਂ ਆਪਾਂ ਨੂੰ ਮਿਲ ਗਿਆ ਨਾ, ਆਪਾਂ ਰੁੱਸਣਾ ਜ਼ਰੂਰ ਹੈ, ਆਪਣਾ ਫਰਜ਼ ਬਣਦਾ ਹੈ ਰੁੱਸਣ ਦਾ, ਆਪਣਾ ਹੱਕ ਹੈ ਰੁੱਸਣ ਦਾ, ਪਰ ਬਹੁਤਾ ਚਿਰ ਆਪਾਂ ਰੁੱਸਣਾ ਨਹੀਂ। ਵੀਰਾ ਆਪਾਂ ਮੰਨ ਲੈਣਾ ਹੈ, ਉਹਨਾਂ ਕੋਲ ਵਾਅਦਾ ਲਵਾਂਗੇ, ਮੁੜ ਕੇ ਸਾਨੂੰ ਕਦੇ ਛੱਡ ਕੇ ਨਹੀਂ ਜਾਣਗੇ। ਅੱਲਾ ਜੀ ਲਿਖਦੇ ਨੇ, ਉਹ ਕਹਿੰਦੇ ਨੇ ਇਕਰਾਰ ਲੈਂਗੇ ਸਭਸੇ, ਭੁਲਾਣਾ ਨਾ ਫਿਰ ਕਭੀ, ਬਾਹਰ ਨਿਕਲ ਵਿੱਚ ਕਰ, ਸਤਾਨਾ ਨਾ ਫਿਰ ਕਭੀ, ਹੱਥੋਂ ਅਕੇਲੇ ਛੋੜ ਕਰ, ਜਾਣਾ ਨਾ ਫਿਰ ਕਭੀ। ਵੀਰ ਵੀਰਾਂ ਦੀਆਂ ਬਾਹਾਂ ਹੁੰਦੇ ਨੇ, ਬੱਚਿਆਂ ਦਾ ਆਪਣੇ ਬਾਪੂ ਨਾਲ ਬੜਾ ਵੱਡਾ ਪਿਆਰ ਹੁੰਦਾ। ਇੱਕ ਕਵੀ ਨੇ ਬੜੇ ਸੋਹਣੇ ਬੋਲ ਲਿਖੇ, ਉਹ ਕਹਿੰਦਾ ਬਾਪ ਬੇਟੇ ਦੇ ਜਿਹੜੇ ਨਾਲ ਕੋਈ ਰਿਸ਼ਤਾ, ਇਹਦੇ ਜਿਹਾ ਨਾ ਦੱਤ ਪਿਆਰ ਹੋਵੇ। ਬਾਪ ਛੱਤਰ ਹੁੰਦਾ ਸਿਰ ਪੁੱਤਰਾਂ ਦੇ, ਨਾ ਕੋਈ ਕੰਮ ਤੇ ਹੋਲਾ ਭਾਰ ਹੋਵੇ, ਛੋਟੀ ਉਮਰ ਦੇ ਵਿੱਚ ਤੱਜਾਂ ਨੂੰ ਆਪੇ ਸਾਰੀ ਜ਼ਿੰਦਗੀ ਲਈ ਖੁਆਰ ਹੋਵੇ। ਮਾਤਾ ਪਿਤਾ ਦੇ ਪਿੱਛੋਂ ਜਤੀਮ ਕਹਿੰਦੇ, ਲਫ਼ਜ਼ ਜੱਗ ਦੇ ਵਿੱਚ ਸਰਕਾਰ ਹੋਵੇ, ਬੱਕੀ ਲੋੜ ਨਾ ਕੀਰਤੀ ਨਾਮਨੇ ਦੀ, ਸੇਵਾ ਬਾਪਿਆਂ ਦੀ ਹਰ ਦੁਆਰ ਹੋਵੇ, ਸਭ ਨਾਲ ਵਿਛੋੜੇ ਦਾ ਦੁੱਖ ਮੰਦਾ ਦੁੱਖ ਸਿਰ ਤੇ ਲੱਖ ਹਜ਼ਾਰ ਹੋਵੇ। ਵਿਛੋੜਾ ਬੜੀ ਭੈੜੀ ਚੀਜ਼, ਵਿਛੋੜਾ ਬੜਾ ਚੰਦਰਾ ਹੁੰਦਾ ਹੈ, ਜਦੋਂ ਪੈ ਜਾਂਦਾ ਹੈ ਫਿਰ ਪਤਾ ਲੱਗਦਾ ਹੈ, ਫਿਰ ਯਾਦ ਆਉਂਦੇ ਨੇ ਜਿਹੜੇ ਖੁਸ਼ੀਆਂ ਵਿੱਚ ਬਿਤਾਏ ਹੁੰਦੇ ਨੇ। ਅੱਜ ਦੋਵੇਂ ਸਾਹਿਬਜ਼ਾਦੇ ਆਪਣੀ ਮਾਤਾ ਦੇ ਨਾਲ, ਆਪਣੀ ਦਾਦੀ ਮਾਂ ਦੇ ਨਾਲ ਤੁਰੇ ਜਾ ਰਹੇ ਨੇ, ਗੱਲਾਂ ਕਰਦੇ ਨੇ, ਮਾਂ ਦਾ ਧਿਆਨ ਪਿਆ, ਆਪਣੇ ਦੋਹਾਂ ਪੁੱਤਾਂ ਦੀਆਂ ਬਾਹਾਂ ਫੜੀਆਂ। ਬਾਬਾ ਫਤਿਹ ਸਿੰਘ ਸਾਹਿਬ ਮਾਂ ਨੂੰ ਗੱਲ ਵੱਖਰੀ ਪਾ ਕੇ, ਮਾਂ ਨੂੰ ਬੜੇ ਹੋਏ ਪਿਆਰ ਦੇ ਵਿੱਚ ਆ ਕੇ, ਫਿਰ ਆਪ ਵਿੱਚ ਆ ਕੇ ਪੁੱਛਣਾ ਹੈ, ਮਾਤਾ ਆਪਾਂ ਕਿਹੜੀ ਮੰਦਰ ਤੇ ਜਾਣਾ ਹੈ, ਦੱਸ ਕਿਹੜੇ ਘਰ ਜਾਣਾ ਹੈ, ਸਾਡਾ ਘਰ ਕਿੰਨੀ ਕੁ ਦੂਰ ਹੈ। ਆਹ ਦੇਖੋ ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਆਪਣੀ ਮਾਤਾ ਮਾਂ ਗੁਜਰੀ ਨੂੰ ਜਿਹੜੇ ਆਉਣ ਵਾਲੇ ਸਮੇਂ ਬਾਰੇ ਪੁੱਛਦੇ ਨੇ, ਮਾਤਾ ਸਾਨੂੰ ਕਿੰਨਾ ਤੁਰਨਾ ਪਵੇਗਾ, ਸਾਡਾ ਘਰ ਕਿੰਨੀ ਕੁ ਦੂਰ ਹੈ, ਢਾਡੀ ਜਗ੍ਹਾ ਉਹਨਾਂ ਛੱਤਾਂ ਨੂੰ ਸ਼ਾਮੀ ਦੇ ਨਾਲ ਤੁਮ ਪਿਆਰੇ।
Thank you.
ਨਾਂ ਦੇ ਨਾਲ ਸਹਿਜਾ ਦਿੱਤੇ ਜਾਂਦੇ। ਮਾਂ ਨੂੰ ਪੁੱਛਦੇ ਨੇ, ਮਾਤਾ ਸਾਡਾ ਘਰ ਕਿੰਨੀ ਕੁ ਦੂਰ ਹੈ? ਮਾਤਾ ਸਾਨੂੰ ਵੱਡੇ ਵੀਰ ਕਦੋਂ ਮਿਲਣਗੇ? ਮਾਤਾ ਅਸੀਂ ਜਦੋਂ ਦੀ ਹੋਸ਼ ਸੰਭਾਲੀ ਅਸੀਂ ਕਦੇ ਵੀ ਆਪਣੇ ਵੀਰਾਂ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਰਹਿ। ਹੁਣ ਜੇ ਸਾਨੂੰ ਸਾਡੇ ਵੀਰ ਛੇਤੀ ਨਾ ਮਿਲੇ, ਮਾਤਾ ਸਾਡਾ ਤਾਂ ਜੀਵਨ ਮੁਸ਼ਕਿਲ ਹੋ ਜਾਵੇਗਾ। ਸਾਨੂੰ ਦੱਸ ਜਿਸ ਮੰਜ਼ਿਲ 'ਤੇ ਜਾਣਾ ਹੈ ਕਿ ਮੇਰੇ ਵੱਡੇ ਵੀਰ ਉਸੇ ਮੰਜ਼ਿਲ 'ਤੇ ਸਾਨੂੰ ਮਿਲ ਗਏ। ਕਹਿੰਦੇ ਨੇ ਦਾਦੀ ਮਾਂ ਆਪਣੇ ਪੁੱਤਾਂ ਨੂੰ ਧੀਰਜ ਦਿੰਦੀ ਹੋਈ ਕੱਪੂ ਮੱਕਦੀ ਜਾਂਦੀ ਹੈ। ਆਖਿਆ, ਪੁੱਤਰੋ ਇਹ ਰਾਹ ਸਾਡੇ ਲਈ ਨਵੇਂ ਨੇ, ਸਾਨੂੰ ਨੀ ਪਤਾ ਸਾਡੀ ਮੰਜ਼ਿਲ ਕਿੱਥੇ ਹੈ, ਸਾਡਾ ਟਿਕਾਣਾ ਕਿੱਥੇ ਹੋਣਾ ਹੈ। ਹੁਣ ਤਾਂ ਉਸ ਕਰਤਾਰ ਦੇ ਹੱਥ ਵਿੱਚ ਜਿਸ ਜਗ੍ਹਾ ਤੇ ਪਹੁੰਚਾਵੇਗਾ ਜਿੱਥੇ ਤੁਹਾਡਾ ਦਾਣਾ ਪਾਣੀ ਲਿਖਿਆ ਹੋਇਆ, ਤੁਸੀਂ ਉੱਥੇ ਚਲੇ ਜਾਣਾ। ਸਮਾਂ ਪਿਆ, ਗੰਗੂ ਦੇ ਘਰ ਚਲੇ ਗਿਆ। ਗੰਗੂ ਬ੍ਰਾਹਮਣ ਰਸੋਈਆ, ਇਹਨੇ ਜਦੋਂ ਮਾਤਾ ਨੂੰ ਘਰੇ ਖੜਿਆ, ਅੰਦਰਲੇ ਬਾਹਰ ਇੱਕ ਹਨੇਰੀ ਕੋਠੜੀ, ਨਿੱਕਾ ਜਿਹਾ ਕਮਰਾ, ਉਹਦੇ ਵਿੱਚ ਮਾਂ ਤੇ ਸਹਿਬਲਾ ਦੇ ਅੰਦਰ ਲਗਾ ਦਿੱਤਾ। ਮਾਤਾ ਦੇ ਹੱਥ ਵਿੱਚ ਵੇਖੀ ਮੋਹਰਾਂ ਵਾਲੀ ਕੁੰਜੀ ਤੇ ਮਨ ਲਾਜ਼ਮੀ ਜਾ ਗਿਆ। ਇਹਨਾਂ ਨਾਲ ਝੋਗਿਆ ਕਿ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਆਪਣੀ ਮਾਂ ਨੂੰ ਮਿਲੇਗਾ, ਆਪਣੇ ਬੱਚਿਆਂ ਨੂੰ ਮਿਲੇਗਾ ਕਿ ਨਹੀਂ। ਪਰ ਆਹ ਜਿਹੜੀ ਮਾਇਆ ਖਿਚਾਈ ਹੈ, ਇਹ ਧਨ ਮਾਲ ਨੂੰ ਭਟਕੋ ਲਗਾ ਤੇ ਮੇਰਾ ਦੁਨੀਆਂ ਦੇ ਉੱਤੇ ਆਉਣ ਵਾਲਾ ਸਮਾਂ ਸੌਖਾ ਹੋਵੇ। ਲਾਲਚ ਦੇ ਵੱਸ ਪਿਆ ਬੰਦਾ ਕਿਸੇ ਨਾ ਕਿਸੇ ਹੱਦ ਤੱਕ ਚਲਿਆ ਜਾਂਦਾ। ਇੱਕ ਬਾਜ਼ਾਰ ਵਿੱਚੋਂ ਜਾ ਕੇ ਇੱਕ ਜ਼ਹਿਰ ਦੀ ਗਲੀ ਲਿਆਂਦੀ, ਆਪਣੀਆਂ ਅੱਖਾਂ ਤੋਂ ਅੰਧੀ ਮਾਂ ਸੋਭੀ ਨੇ ਖੋਲ ਗਿਆ। ਮਾਂ ਨੇ ਪੁੱਛਿਆ, ਵੇ ਗੰਗੂ, ਜਿਸ ਘਰ ਵਿੱਚੋਂ 20 ਸਾਲ ਖਾਣਾ ਖਾਧਾ ਹੀ, ਅੱਜ ਉਸ ਘਰ ਦੇ ਮਾਲਕ ਤੇਰੇ ਘਰ ਵਿੱਚ ਆਏ ਨੇ, ਉਹਨਾਂ ਦੀ ਕਿਹੋ ਜਿਹੀ ਸੇਵਾ ਕਰਨੀ ਹੈ? ਕਹਿੰਦਾ, ਮਾਤਾ ਇਹਨਾਂ ਦੀ ਰੱਜ ਕੇ ਸੇਵਾ ਕਰਨੀ ਹੈ, ਰੱਜ ਕੇ। ਫਿਰ ਗੰਗੂ, ਦੱਸ ਕਿਹੜੀ ਚੀਜ਼ ਬਣਾਵਾਂ, ਕੋਈ ਵੱਖਰੀ ਸੁਗਾਤ ਲਿਆ ਕੇ ਫਿਰ ਮੈਂ ਇਹਨੂੰ ਸਭ ਪਹਿਲਿਆਂ ਵਿੱਚ ਕਰਾਂ। ਆਪਣੀ ਜੇਬ ਵਿੱਚੋਂ ਕੱਢੀ ਜ਼ਹਿਰ ਦੀ ਡਲੀ, ਅੱਖਾਂ ਤੋਂ ਅੰਨੀ ਮਾਂ ਮਾਂ ਸੋਭੀ ਦੇ ਹੱਥ ਤੇ ਰੱਖ ਦਿੱਤੀ। ਮਾਂ ਨੇ ਆਖਿਆ, ਵੇ ਪੁੱਤਰਾ ਇਹ ਕੀ ਚੀਜ਼ ਹੈ, ਇਹ ਕਿਹੜੀ ਵਸਤੂ ਬਣਾਉਣ ਲੱਗਾ? ਕਹਿੰਦਾ, ਮਾਤਾ ਸਰਕਾਰ ਦਾ ਜੋ ਚੱਲਦਾ ਬਾਕੀ ਤਾਂ ਬਣੇ ਹੀ ਆ, ਪਰ ਹਾਂ ਇਹਨਾਂ ਦੇ ਹੱਥ ਵਿੱਚ ਜਿਹੜੀ ਮਾਇਆ ਹੈ ਉਹਨੂੰ ਖੋ ਲਵਾ ਤੇ ਖੋ ਕੇ ਜਿਹੜਾ ਆਪਣਾ ਆਉਣ ਵਾਲਾ ਸਮਾਂ ਜਿਹੜਾ ਉਹ ਸਖਾਲਾ ਲੰਘੇਗਾ। ਆ ਜ਼ਹਿਰ ਦੀ ਗਲੀ ਲੈ ਮਾਤਾ, ਇਹਨਾਂ ਦੇ ਖਾਣੇ ਵਿੱਚ ਬਣਾ ਲੈ, ਜਦੋਂ ਇਹ ਰਾਤ ਨੂੰ ਜ਼ਹਿਰ ਖਾ ਕੇ ਸੌ ਜਾਣਗੇ, ਸਦਾ ਦੀ ਨੀਂਦ ਸੌ ਜਾਣਗੇ, ਮੈਂ ਸਰਕਾਰ ਨੂੰ ਇਹਨਾਂ ਨੂੰ ਕਿਸੇ ਮਹਿਫੂਜ਼ ਜਗ੍ਹਾ ਤੇ ਪਹੁੰਚਾ ਕੇ ਉੱਥੋਂ ਫੜਾ ਦੇਵਾਂਗਾ ਤੇ ਸਰਕਾਰ ਤੋਂ ਵੀ ਮੂੰਹ ਮੰਗੇ ਇਨਾਮ ਲੈ ਲਵਾਂਗਾ। ਹੰਕਾਰੀ ਬਸ ਹੋਇਆ, ਲਾਲਚ ਬਸ ਹੋਇਆ। ਜਦੋਂ ਮਾਂ ਨੇ ਬੋਲ ਸੁਣੇ, ਆਖਿਆ, ਮੈਂ ਕਹ ਗਿਆ ਮੈਂ ਤੇਰਾ ਪੱਖ ਨਾ ਲਵੇ, ਜਿਸ ਦਿਨ ਤੂੰ ਜੰਮਿਆ ਮੈਂ ਉਸੇ ਦਿਨ ਤੇਰਾ ਗਲਾ ਘੁੱਟ ਕੇ ਤੈਨੂੰ ਮਾਰ ਕੇ ਉਹਨਾਂ ਦਿੱਤਾ। ਵੇ ਪੁੱਤਰਾ, ਜਿਸ ਘਰ ਵਿੱਚੋਂ ਇੰਨੇ ਸਾਲ ਟੁੱਕ ਖਾਧੇ, ਉਸ ਘਰ ਦੀ ਸੁੱਖ ਤੇ ਕੀ ਮੰਗਣੀ,
ਉਸ ਘਰ ਦੇ ਜੀਆਂ ਨੂੰ ਆਪਣੇ ਹੱਥੀ ਜਾਨ ਦੇ ਕੇ ਮਾਰਨਾ ਚਾਹੁੰਦਾ। ਮੈਂ ਤੇਰੇ ਨਾਲੋਂ ਨਿੱਜ ਨੂੰ ਜਨਮ ਦੇ ਦਿੱਤੀ, ਤੈਨੂੰ ਜਨਮ ਨਾ ਦਿੰਦੀ। ਤੇਰੇ ਵਰਗਾ ਪੁੱਤ ਮੈਨੂੰ ਨੀ ਚਾਹੀਦਾ, ਮੈਂ ਤੈਨੂੰ ਆਪਣਾ ਪੁੱਤ ਹੁਕਮ ਕਰੀ ਆ। ਸਮਾਂ ਪਿਆ, ਉਹਨੇ ਬੜੀਆਂ ਦਾਤਾਂ ਮਾਰੀਆਂ, ਬੜੇ ਕਾਹਨੇ ਦਿੱਤੇ, ਪਰ ਗੰਗੂ ਨੂੰ ਕਿੱਥੇ ਲੱਗਦੀ ਹੈ। ਇੱਕ ਕਵੀ ਦੇ ਵੀ ਬੋਲਦੇ, ਉਹ ਕਹਿੰਦਾ ਜੇ ਕਿਸੇ ਜਨਨੀ ਨੇ ਆਪਣੇ ਘਰ ਬੱਚੇ ਨੂੰ ਜਨਮ ਦੇਣਾ, ਜੇ ਉਹਨੇ ਪੁੱਤ ਨੂੰ ਜਨਮ ਦੇਣਾ, ਉਹ ਜਾਂ ਤਾਂ ਭਗਤ ਜੰਮੇ ਜਾਂ ਸੂਰਮਾ ਜੰਮੇ। ਤੇ ਜੇ ਉਹ ਨਾ ਭਗਤ ਨੂੰ ਜਨਮ ਦੇ ਸਕੇ ਨਾ ਸੂਰਮੇ ਨੂੰ ਜਨਮ ਦੇ ਸਕੇ, ਉਹ ਬੱਚੇ ਨੂੰ ਨਾ ਜਨਮ ਦੇਵੇ, ਉਹਦੇ ਨਾਲ ਸੌ ਗੁਣਾ ਚੰਗਾ। ਕਾਲੀਦਾਸ ਕਹਿੰਦਾ ਜਨਨੀ ਕਹਿੰਦੇ ਤਾਂ ਭਗਤ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ। ਸਮਾਂ ਆਪਣੀ ਚੱਲਦੇ ਚੱਲੇ ਆ, ਮਾਂ ਨੇ ਬੜਾ ਵਧਿਆ, ਪਰ ਇਹ ਗੰਗੂ ਇਹ ਕਿੱਥੇ ਵਧਿਆ ਨਹੀਂ ਹੈ। ਇਹਨੇ ਕੀ ਕੀਤਾ, ਸਾਹਿਬਜ਼ਾਦੇ ਨੂੰ ਭੋਜਨ ਚੁਕਾਇਆ, ਜ਼ਹਿਰ ਦੀ ਡਲੀ ਤੇ ਨਹੀਂ ਦਿੱਤੀ, ਪਰ ਹਨੇਰੇ ਦੀ ਸਹਾਰੇ ਨੂੰ ਲੈ ਕੇ ਮਾਤਾ ਦੇ ਉਸ ਕਮਰੇ ਵਿੱਚੋਂ ਕੁੰਭੋਰਾਂ ਵਾਲੀ ਖੁਰਜੀ ਚੁੱਕ ਲਈ। ਦਿਨ ਚੜਿਆ, ਕੋਠੇ ਤੇ ਚੜਿਆ, ਰੋਲਾ ਪਾ ਦਿੱਤਾ, ਚੋਰ ਚੋਰ ਦੀਆਂ ਆਵਾਜ਼ਾਂ ਦਿੱਤੀਆਂ। ਮਾਂ ਨੇ ਆਖਿਆ ਵੇ ਗੰਗਿਆ ਐਵੇਂ ਰੋਲਾ ਨਾ ਪਾ, ਰਾਤ ਕਮਰੇ ਵਿੱਚ ਕੋਈ ਨੀ ਆਇਆ, ਜੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਜਾ ਕੇ ਸਰਕਾਰ ਨੂੰ ਚੁਗਲੀ ਲਵੇਗਾ, ਸਰਕਾਰ ਦੇ ਨੂੰ ਬੈਠੇ ਸਾਨੂੰ ਫੜ ਕੇ ਲੈ ਜਾਣਗੇ, ਫਿਰ ਪਤਾ ਨੀ ਕਿਹੜੇ ਭਾਸ਼ਾ ਕਰਕੇ ਕਿਤਨੀ ਹੈ। ਪਰ ਗੰਗਿਆ ਮੈਨੂੰ ਉਹ ਲੱਗਦਾ ਸੀ ਰਾਤ ਕਮਰੇ ਵਿੱਚ ਤੂੰ ਆਇਆ, ਤੇਰਾ ਭੁਲੇਖਾ ਪਿਆ। ਜਦ ਮਾਂ ਦੇ ਕੋਲੋਂ ਇਹ ਬੋਲ ਸੁਣੇ, ਲੋਹਾ ਰਾਖਾ ਹੋ ਗਿਆ, ਸੜ ਬਲ ਗਿਆ, ਕਹਿੰਦਾ ਮਾਤਾ ਤੈਨੂੰ ਬਾਗੀ ਨੂੰ ਮੈਂ ਪਨਾਹ ਦਿੱਤੀ, ਉਹ ਮੇਰਾ ਜਾ ਕੇ ਮੇਰੇ ਸਿਰ ਵਿੱਚ ਗਲੀਆਂ ਕਰਦੀ ਹੈ, ਮੈਂ ਹੁਣੇ ਮਰਿੰਡੇ ਥਾਣੇ ਜਾਵਾਂਗਾ, ਉੱਥੇ ਜਾ ਕੇ ਸਾਰੀ ਰਿਪੋਰਟ ਦੇਵਾਂਗਾ, ਤੇ ਤੈਨੂੰ ਹੱਥ ਕੜੀਆਂ ਮਰਵਾ ਕੇ ਮਰਿੰਡੇ ਥਾਣੇ ਪਹੁੰਚਾ ਦੇਵਾਂਗਾ। ਲੋਹਾ ਲਾਖਾ ਹੋਇਆ, ਸੜਿਆ ਵਾਲਿਆ ਮਰਿੰਡੇ ਥਾਣੇ ਪਹੁੰਚਿਆ। ਜਾਨੀ ਘਰ ਤੇ ਮਾਨੀ ਘਰ ਦੋ ਸਿਪਾਹੀਆਂ ਨੂੰ ਲੈ ਕੇ ਕਹਿੰਦਾ ਆਪਣੇ ਘਰ ਵਿੱਚ ਆਇਆ ਤੇ ਸਾਹਿਬਜ਼ਾਦੇ ਤੇ ਮਾਤਾ ਨੂੰ ਪਨਾਹ ਦਿੱਤਾ। ਵਕਤ ਦੇ ਸਮਕਾਲੀ ਇਤਿਹਾਸਕਾਰ ਲਿਖਦੇ ਨੇ, ਮਾਤਾ 80 ਸਾਲਾਂ ਦੀ ਬਜ਼ੁਰਗ ਮਾਂ ਹੈ, ਉਹਦੇ ਬੁੱਢੇ ਹੱਡਾਂ ਦੇ ਉੱਤੇ ਬੁੱਢੇ ਹੱਥਾਂ ਤੇ ਹੱਥ ਘੜੀਆਂ ਲੱਗੀਆਂ, ਜਿਹੜੇ ਨਿੱਕੇ ਨਿੱਕੇ ਬਾਲ ਬਸੂਰ ਨੇ ਪੌਣੇ 7 ਸਾਲ ਤੇ ਪੌਣੇ 9 ਸਾਲ ਦੀ ਅਵਸਥਾ ਹੈ, ਇਹਨਾਂ ਦੇ ਹੱਥਾਂ ਦੀਆਂ ਹੱਥ ਘੜੀਆਂ ਨੇ ਬਣੀਆਂ। ਰੱਸੇ ਲੈ ਕੇ ਰੱਸਿਆਂ ਦੇ ਨਾਲ ਚੰਗੀ ਤਰ੍ਹਾਂ ਹੱਥਾਂ ਗੁੰਨ ਕੇ ਗੱਡੇ ਦੇ ਉੱਤੇ ਬਿਠਾਇਆ ਤੇ ਲੈ ਕੇ ਇਹ ਜਲ ਛੁਪਾਈ ਕੁੱਤਾ ਹੈ। ਇੱਕ ਰਾਤ ਮਰਿੰਡੇ ਖਾਣੇ ਰੱਖਿਆ, ਦਿਨ ਚੜਿਆ, ਇਹਨਾਂ ਨੂੰ ਸਰਹੰਦ ਦੇ ਵਜ਼ੀਰ ਸੂਬਾ ਸਰਹੰਦ ਵਜ਼ੀਰ ਖਾਨ ਦੀ ਦੇਖ ਰੇਖ ਹੇਠ ਉਹਦੀ ਕਚਹਿਰੀ ਵਿੱਚ ਉਹਦੀ ਜੇਲ੍ਹ ਵਿੱਚ ਪਹੁੰਚਾਉਣ ਲਈ ਇਹ ਲੋਕ ਤਿਆਰ ਹੋਏ ਤੇ ਲੈ ਕੇ ਚਲੇ ਗਏ। ਆਪਣੀ ਸੋਚ ਮੁਤਾਬਕ ਜਿੱਤ ਦੇ ਡੰਕੇ ਵਧਾ ਕੇ ਵਾਪਸ ਮੁੜਿਆ, ਪਰ ਕਲਗੀਆਂ ਵਾਲਾ ਤੋਂ ਹਾਲ ਖਾ ਕੇ ਜਦੋਂ ਇਹ ਵਜ਼ੀਰ ਖਾਨ ਨੇ ਸੁਣਿਆ ਕਿ ਦਸਵੇਂ ਗੁਰੂ ਦੀ ਮਾਤਾ ਤੇ ਦੋ ਛੋਟੇ ਬਾਲ ਮੇਰੀ ਜਿਹੜੀ ਸਹਿਰਾ ਹੈ ਉਹ ਫੜਦੇ ਨੇ, ਮੇਰੇ ਸਿਪਾਹੀਆਂ ਨੇ ਕਾਬੂ ਕੀਤੇ ਨੇ, ਹੁਣ ਮੈਂ ਉਹਨਾਂ ਨੂੰ ਮਾਰ ਕੇ ਬਦਲਾ ਲੈ ਲਵਾਂਗਾ। ਸਮਾਂ ਆਪਣੀ ਗੱਲ ਚੱਲਿਆ, ਕਹਿੰਦੇ ਨੇ ਦਸ ਪੋਹ ਨੂੰ ਉੱਥੇ ਗਏ, ਅੱਜ ਪਹਿਲੀ ਕਚਹਿਰੀ ਹੈ, ਰਾਤ ਬੜੀ ਔਖੀ ਹੋ ਕੇ ਠੰਡੇ ਬੁੱਕ ਵਿੱਚ ਕੱਟੀ। ਜਦੋਂ ਰਾਤ ਸਾਹਿਬਜ਼ਾਦੇ ਮਾਂ ਦੇ ਨਾਲ ਕੱਟ ਰਹੇ ਨੇ ਨਾ, ਤੇ ਉਦੋਂ ਠੰਡ ਲੱਗਦੀ ਹੈ, ਸਰੀਰ ਦੇ ਉੱਤੇ ਕੋਈ ਮੋਟਾ ਬਸਤਰ ਨਹੀਂ, ਨਾ ਕੋਈ ਖਾਣ ਨੂੰ ਗਰਮ ਚੀਜ਼ ਹੈ ਜਿਹਦਾ ਸਹਾਰਾ ਲੈ ਕੇ ਆਪਣੀ ਰਾਤ ਟਪਾਈ ਜਾ ਸਕੇ। ਉਹ ਚੰਗਾ ਬੁੱਧ ਜਿੱਥੇ ਕਦੇ ਜੇ ਘਰ ਦੇ ਮਹੀਨਿਆਂ ਵਿੱਚ ਵੀ ਚੜ ਜਾਈਏ ਤੇ ਸਰੀਰ ਨੂੰ ਕੰਪਨੀਆਂ ਹੋ ਗਈਆਂ,
ਅੱਜ ਬਹੁਤ ਇੱਕ ਕਰੀਲੀ ਰਾਤ ਹੈ ਤੇ ਮੇਰੇ ਮਾਲਕ ਦੀ 80 ਸਾਲਾਂ ਦੀ ਬਿਰਖ ਮਾਂ ਆਪਣੇ ਮਾਂ ਮਿੱਟਰ ਪੋਤਿਆਂ ਨੂੰ ਲੈ ਕੇ ਉਸ ਠੰਡੇ ਬੁਰਜ ਵਿੱਚ ਰਾਤ ਕੱਟਦੀ ਹੈ। ਰਾਤ ਕੱਟਦੀ ਹੈ, ਸ਼ਹੀਦਾਂ ਦੀਆਂ ਕਥਾਵਾਂ ਦੱਸਦੀ ਹੈ, ਸ਼ਹੀਦਾਂ ਦੀਆਂ ਕਹਾਣੀਆਂ ਦੱਸਦੀ ਹੈ, ਦੱਸਦੀ ਹੈ ਮੈਂ 1909 ਸਾਲ ਦਾ ਪੁੱਤ ਸੀ ਮੇਰਾ ਜਦੋਂ ਮੈਂ ਆਪਣਾ ਪਤੀ ਇਹ ਸਿੰਧੂ ਧਰਮ ਲਈ ਕੁਰਬਾਨ ਕਰ ਦਿੱਤਾ। ਮੇਰੇ ਪੁੱਤਰੋ ਤੁਸੀਂ ਤੇਗ ਬਹਾਦਰ ਦੇ ਪੋਤੇ ਹੋ, ਮੇਰੇ ਪੁੱਤਰੋ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪੋਤੇ ਦੇ ਪੋਤੋ, ਵੇਖਿਓ ਕਿਤੇ ਆਪਣੇ ਧਰਮ ਨੂੰ ਲਾਜ ਨਾ ਲਾਇਓ। ਦੋ
ਪੋਤੇ ਨੇ ਪੁੱਤ ਦਾ ਤੇ ਦੋ ਵੱਡਿਆਂ ਪੋਤਿਆਂ ਦਾ ਪਤਾ ਹੀ ਨਹੀਂ, ਤੇ ਪੋਤੇ ਵੀ ਉਹ ਨੇ ਜਿਹੜੇ ਮਾਂ ਪੁੱਤਰ ਨੇ। ਮੈਂ ਨੀ ਕਹਿੰਦਾ ਕਿ ਦਾਦੀਆਂ ਨੂੰ ਪੋਤੇ ਪਿਆਰੇ ਨਹੀਂ ਹੁੰਦੇ, ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ ਹੈ, ਪਰ ਮੈਂ ਰੱਬ ਅੱਗੇ ਅਰਦਾਸ ਕਰਦਾ ਮਾਲਕਾ ਕਿਸੇ ਦਾਦੀ ਨੂੰ ਮਾਂ ਮਿੱਟਰ ਪੋਤਲੇ ਪਾਲਣੇ ਨਾ ਪੈ ਜਾਣ। ਜਦੋਂ ਮਾਂ ਤੋਂ ਬਿਨਾਂ ਮਾਂ ਮਿੱਟਰ ਪੋਤਲੇ ਪਾਲਣੇ ਪੈਂਦੇ ਨਾ, ਫਿਰ ਜੋ ਉਸ ਦਾਦੀ ਤੇ ਬੀਤਦੀ ਹੈ ਉਹਨੂੰ ਪਤਾ। ਅੱਜ ਉਹ ਮਾਂ ਗੁਜਰੀ, ਮਾਂ ਤਾਂ ਜਿਉਂਦੀ ਪੁੱਤਾਂ ਦੇ ਸਹਾਰ ਹੀ ਹੁੰਦੀ, ਮਾਂ ਚੱਜੀ ਹੋਵੇ ਨਾ, ਰੱਬ ਗੋਦ ਨੂੰ ਭਾਗ ਲਾ ਦੇਵੇ ਸਲਾਹੀ ਜਾਂਦੀ ਹੈ। ਮਾਂ ਵਿੱਚ ਕਰੋੜਾਂ ਕੋਲ ਹੋਣ, ਰੱਬ ਉਹਦੀ ਗੋਦ ਨੂੰ ਭਾਗ ਨਾ ਲਾਵੇ, ਤੇ ਫਿਰ ਮਾਂ ਤ੍ਰਿਪਤਾ ਵਰਗੀਆਂ ਮਾਵਾਂ, ਮਾਂ ਗੰਗਾ ਵਰਗੀਆਂ ਮਾਵਾਂ ਲੋਕ ਉਹਨਾਂ ਨੂੰ ਨੇੜੇ ਮਾਰਦੇ ਰਹਿਣੇ। ਇੱਕ ਵਿਦਵਾਨ ਦੇ ਬੋਲ ਬੜੇ ਸੋਹਣੇ ਨੇ, ਉਹ ਕਹਿੰਦਾ ਮਾਵਾਂ ਭਾਵੇਂ ਹੋਣ ਭਰੀਆਂ, ਨਾਲ ਸੰਦੇ ਡੱਕ ਡੱਕ ਭਰੀਆਂ, ਸ਼ਾਹੀ ਘਰੀ ਵਿਆਹੀਆਂ ਭਰੀਆਂ, ਪਹਿਨਣ ਪੱਟ, ਪੱਟ ਹੁੰਦਾ ਰੇਸ਼ਮ ਦਾ ਕੱਪੜਾ, ਪਹਿਨਣ ਪੱਟ ਹੰਡਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਗੱਲਾਂ ਦਾ ਹਾਰ ਨਾ ਹੋਵੇ। ਜਿਸ ਮਾਂ ਦੀ ਗੋਦ ਵਿੱਚ ਲਾਲ ਹੈ ਨੀ, ਉੱਚੋ ਬੋਲ ਕੇ ਉਸ ਦੁਖਿਆਰ ਦਾ ਦਿਲ, ਭੁੱਬਾ ਮਾਰ ਦਾ ਦਿਲ, ਭੁੱਖਾ ਪਿਆਰ ਦਾ ਦਿਲ, ਕਦੀ ਢਿੰਡਾ ਤੇ ਕਦੀ ਉਸਾਰ ਦਾ ਦਿਲ, ਜੀਵੀ ਜਾਨ ਜਹਾਨ ਦੇਖਦੀ ਕੋਈ ਨਾ, ਉਹਦੇ ਕਰਮਾਂ ਨੂੰ ਲੱਗਾ ਫੁੱਲ ਕੋਈ ਨਾ, ਭਾਵੇਂ ਭੰਗ ਦੇ ਜੀਵਨ ਗਵਾਚ ਜਾਂਦੇ, ਪੁੱਤਾਂ ਬਾਜ ਜਲਾਉਂਦੀ ਨਾ ਮੁੱਲ ਕੋਈ ਨਾ। ਅੱਜ ਉਹ ਮਾਂ ਆਪਣੇ ਪੋਤਿਆਂ ਦੇ ਨਾਲ, ਅੱਜ ਮਾਂ ਨੇ ਸਾਰੀ ਰਾਤ ਪੋਤਿਆਂ ਨੂੰ ਛਾਤੀ ਨਾਲ ਲਾਇਆ ਤੇ ਵੱਡੇ ਬਾਬਿਆਂ ਦੀਆਂ ਗਥਾਵਾਂ ਸੁਣਾਈਆਂ। ਸੀਤਲ ਜੀ ਲਿਖਦੇ ਨੇ ਕਿ ਉਹਨੂੰ ਨਾ ਕੁਝ ਚੰਗਾ ਖਾਣ ਨੂੰ, ਨਾ ਕੁਝ ਚੰਗਾ ਪੀਣ ਨੂੰ, ਤੇ ਨਾ ਹੀ ਕੋਈ ਸਰੀਰ ਦੇ ਉੱਪਰ ਲੈਣ ਲਈ ਕੱਪੜਾ, ਕੇਵਲ ਜਿਹੜੇ ਪੱਗ ਤੇ ਬਸਤਰ ਪਏ ਨੇ ਉਹੀ ਬਸਤਰ ਤੇ, ਜਿਹੜੇ ਸੱਤ ਪੋਹ ਨੂੰ ਛੇ ਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਮਾਤਾ ਤੇ ਬੱਚਿਆਂ ਦੇ ਗਲ ਵਿੱਚ ਸੀ। ਸਮਾਂ ਪਿਆ, ਸੀਤਲ ਜੀ ਹੋਣਾ ਨੇ ਹਵਾਲਾ ਭਰਿਆ, ਉਹਨੇ ਰੱਬ ਦੀ ਕੁਦਰਤ ਨੂੰ ਤੱਕਿਆ, ਉਹਨੇ ਆਖਿਆ ਉਦੋਂ ਘੁੱਟ ਕੇ ਛਾਤੀ ਦੇ ਨਾਲ ਲਾਇਆ ਦਾਦੀ ਮਾਂ ਨੇ ਦੋਹਾਂ ਨਿਆਣਿਆਂ ਨੂੰ, ਕੱਟੀ ਰਾਤ ਸਿਆਲ ਦੀ ਕਦੇ ਵਰਗੀ ਗੱਲੀ ਲਾ ਕੇ ਭੁੱਖਿਆ ਭਾਣਿਆਂ ਨੂੰ, ਰੱਬਾ ਤੇਰੀਆਂ ਕੁਦਰਤਾਂ ਨਿਆਰੀਆਂ ਨੇ, ਕਹਿੰਦਾ ਅੱਜ ਤੂੰ ਦਾਦਿਆਂ ਰਾਣਿਆਂ ਨੂੰ, ਉੱਤੇ ਜਿੰਨਾਂ ਦੇ ਦੁੱਧ ਕਬੂਲ ਦੇਣੀ, ਅੱਜ ਤੱਕ ਦੇ ਭੁੱਜਿਆਂ ਦਾਣਿਆਂ ਨੂੰ, ਜਿਹੜੇ ਕਦੀ ਨਕਲਿਆਂ ਨਾ ਖਾਂਦੇ ਸੀ, ਜਿਹੜੇ ਕਦੀ ਲਾਟਾਂ ਨਾ ਖਾਂਦੇ ਸੀ, ਅੱਜ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਉਹਨਾਂ ਦੇ ਖਾਣ ਦੇ ਲਈ ਉਹਨਾਂ ਦੇ ਕੋਲ ਜੇ ਛੋਲੇ ਵੀ ਨਹੀਂ ਕਿ ਉਹ ਖਾ ਕੇ ਆਪਣਾ ਗੁਜ਼ਾਰਾ ਕਰ ਲੈਣ। ਤੇ ਕੱਟ ਤੇ ਬਠਾਏ ਨਾ ਕੋ ਸਾਡੀਆਂ ਤੇਰੀਆਂ ਤੇਰੀਆਂ ਨੇ।
ਸਾਰੀ ਰਾਤ ਮਾਂ ਨੇ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਗਾਥਾਂ ਦੱਸੀਆਂ। ਅੰਮ੍ਰਿਤ ਵਰਿਆ ਹੋਇਆ, ਸੂਰਜ ਦੇ ਚੜ੍ਹਨ ਦੇ ਨਾਲ ਜੇਲ੍ਹ ਦੇ ਦਰਵਾਜ਼ੇ ਅੱਗੇ ਦੋ ਸਿਪਾਹੀ ਆ ਕੇ ਖੜ ਗਏ। ਉਹਨਾਂ ਆ ਕੇ ਆਖਿਆ, ਮਾਤਾ ਅੱਜ ਤੇਰੇ ਪੋਤਰਿਆਂ ਦੀ ਪਹਿਲੀ ਪੇਸ਼ੀ ਹੈ, ਆਪਣੇ ਪੋਤਿਆਂ ਨੂੰ ਤਿਆਰ ਕਰਕੇ ਸਿਖਾ ਕੇ ਔਰ ਸੂਬਾ ਖਾਨ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਭੇਜ, ਤਾਂ ਕਿ ਇਹਨਾਂ ਦਾ ਕੇਸ ਛੇਤੀ ਨਿਪਟ ਜਾਵੇ, ਇਹਨੂੰ ਛੇਤੀ ਸੁੱਖ ਦਾ ਸਾਹ ਮਿਲ ਜਾਵੇ। ਵਿਦਵਾਨ ਲਿਖਦਾ, ਮੱਥੇ ਚੁੰਮੇ ਮਾਲਾ ਦੇ ਪਿਆਰ ਨਾ ਮਾਰੇ ਵਾਕਾਂ ਕਹਿਤ ਰਹੀ ਗੁਲਸ਼ਨ ਵਿੱਚ ਬੁਲਬੁਲ, ਜਦ ਨਾ ਸਕੀ ਬਾਜਾ ਪੱਥਰ ਦਿਲ ਵੀ ਕਦੇ ਨਾ ਆਪਣਾ ਸਕਦਾ ਬਦਲ ਸੁਭਾਓ, ਉੱਠੋ ਮੇਰੇ ਲਾਲ ਬਲੇਰੋ ਹੱਥ ਕਚਹਿਰੀ ਜਾਵੋ। ਮਾਂ ਨੇ ਆਪਣੇ ਪੁੱਤਰੇ ਨੂੰ ਉਠਾਇਆ, ਦਸਤਾਰੇ ਸਜਾਏ, ਸੋਹਣੀਆਂ ਸੋਹਣੀਆਂ ਨਿੱਕੀਆਂ ਨਿੱਕੀਆਂ ਕਲਗੀਆਂ ਹੀ ਰਿਆ ਨਾ ਜਿਹੜੀਆਂ ਉਹਨਾਂ ਦੇ ਚਿਹਰਿਆਂ ਤੇ ਸਜਾਈਆਂ, ਅਨੇਕਾਂ ਲਾਜ ਅਨੇਕਾਂ ਨਖਰੇ ਅਨੇਕਾਂ ਗੁਲਾਜ ਅਨੇਕਾਂ ਪਿਆਰ ਦੇ ਭਰੇ ਬੋਲ ਬੋਲੇ ਤੇ ਨਾਲ ਆਖਿਆ, ਪੁੱਤਰੋ ਹੁਣ ਵੇਲਾ ਆ ਗਿਆ ਸੂਬੇ ਦੀ ਕਚਹਿਰੀ ਦੀ ਜਾਣ ਦਾ, ਜਾਓ ਪਰ ਗੱਲ ਯਾਦ ਰੱਖਿਓ, ਬਾਬੇ ਵਾਂਗ ਸੂਬੇ ਦੇ ਸਾਹਮਣੇ ਡੱਟ ਕੇ ਖਲੋਇਓ, ਕਿਉਂਕਿ ਨਾ ਕਦੀ ਸਿੱਖਾਂ ਨੇ ਹਾਰ ਮੰਨੀ ਹੈ ਤੇ ਨਾ ਸਿੱਖਾਂ ਨੂੰ ਹਰਾਉਣ ਵਾਲਾ ਕੋਈ ਸਮੇਂ ਹੈ। ਪੁੱਤਰੋ ਸਾਡੇ ਵੱਡਿਆਂ ਨੇ ਸਿਰਾ ਤਾਂ ਨਿਭਾਉਣਾ ਹੈ, ਸਾਡੇ ਵੱਡਿਆਂ ਨੇ ਜਰਬ ਦੇ ਅੱਗੇ ਸਿਰ ਝੁਕਾਏ ਨਹੀਂ, ਤੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਿੱਦ ਹੋ, ਉਹਨਾਂ ਦਾ ਖੂਨ। ਪੁੱਤਰੋ ਵੇਖਿਓ ਕਿਤੇ ਧਰਮ ਤੋਂ ਡੋਲ ਨਾ ਜਾਏ, ਬੜੇ ਡਰਾਵੇ ਬੜੇ ਛਲ ਬੜੇ ਲਾਲਚ ਇਹ ਪਾਪੀ ਦੇਣਗੇ, ਪਰ ਇਹਨਾਂ ਦਾ ਹਰ ਲਾਲਚ ਆਪਣੀ ਜੁੱਤੀ ਦੀ ਨੋਕ ਅੱਗੇ ਠਕਰਾ ਕੇ ਤੁਰਿਓ। ਹੁਣ ਸਾਹਿਬਜ਼ਾਦੇ ਗਏ, ਦੋਵੇਂ ਜਲਾਦ ਦੋਵੇਂ ਸਿਪਾਹੀ ਲੈ ਕੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪਹੁੰਚੇ। ਜਦੋਂ ਦੋਵੇਂ ਸਾਹਿਬਜ਼ਾਦੇ ਗਏ ਸੂਬੇ ਦੀ ਕਚਹਿਰੀ ਵਿੱਚ, ਦੋਹਾਂ ਮਰਦਾਂ ਨੇ ਵੱਜ ਕੇ ਬੱਲੇ ਬੁਲਾਈ ਸੂਬੇ ਦੇ ਸਾਹਮਣੇ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਿਤੇ ਹੱਸ ਖਾਲਸਾ ਨੇ ਕਹਿੰਦਾ, ਉਹ ਖਲੋਤਾ ਸੂਬੇ ਦੇ ਲਾ ਕੇ ਉਹਨੇ ਆਖਿਆ, ਬੱਚਿਓ ਇਹ ਤੁਹਾਡਾ ਅਨੰਦਪੁਰ ਨਹੀਂ, ਜਿੱਥੇ ਜਾ ਕੇ ਕਹਿੰਦੀ ਹੈ ਬੱਚੇ ਬਣਾਵੋਗੇ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ, ਇੱਥੇ ਝੁੱਕ ਕੇ ਸਲਾਮ ਕਰਨੀ ਪਵੇਗੀ, ਨਹੀਂ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਕਹਿੰਦੇ ਨੇ ਸਾਹਿਬਜ਼ਾਦੇ ਕਰਕੇ ਆਖਿਆ ਕਿ ਸੂਬਿਆ ਆ ਜਿਹੜੇ ਪਰਬਤ ਹੁੰਦੇ ਨੇ ਜਿਹੜੇ ਪਹਾੜ ਹੁੰਦੇ ਨੇ ਇਹ ਕਦੇ ਡੋਲਦੇ ਨਹੀਂ, ਜਿਹੜੇ ਮਰਦਾਂ ਦੇ ਪੁੱਤ ਹੁੰਦੇ ਨੇ ਜਿਹੜੇ ਸਿਰਾਂ ਦੇ ਪੁੱਤ ਹੁੰਦੇ ਨੇ, ਇਹਨੇ ਕਿੱਦਾਂ ਸੀਗੇ ਧਮਕੀਆਂ ਤੋਂ ਡਰ ਕੇ ਉਹਨਾਂ ਅੱਗੇ ਸਿਰ ਨਹੀਂ ਝੁਕਾ ਦਿੰਦੇ। ਅਸੀਂ ਕਲਗੀ ਧਰ ਦੇ ਨਾਲ ਹਾਂ, ਅਨੰਦਪੁਰ ਹੋਵੇ ਦੁਨੀਆਂ ਦੀ ਕੋਈ ਕਚਹਿਰੀ ਹੋਵੇ, ਸਾਡੇ ਬਾਪੂ ਨੇ ਸਾਨੂੰ ਫਤਿਹ ਬੁਲਾਉਣ ਦਾ ਹੁਕਮ ਦਿੱਤਾ, ਅਸੀਂ ਆਪਣੇ ਬਾਪੂ ਦਾ ਹੁਕਮ ਪਾਲਦੇ। ਕਹਿੰਦੇ ਨੇ ਸੂਬਾ ਸੜ ਪੜ ਕੇ ਕੋਲਾ ਹੋ ਗਿਆ, ਕੋਲੇ ਖਲੋਂਦਾ ਹੋਇਆ ਬਾਜੀ ਇਹਦਾ ਸੁੱਚਾਨੰਦ ਉਸ ਕਾਜੀ ਨੇ ਆਖਿਆ, ਉਹਨੇ ਫਾਰਸੀ ਦੀਆਂ ਕਲਮਾ ਪੜੀਆਂ, ਫਾਰਸੀ ਦੇ ਬੋਲ ਬੋਲੇ ਉਹਨੇ ਪੜਿਆ, ਕਫੀਰਾ ਕੁਸਤਵਾ ਬੱਕਾ ਸਗਾ ਆਸਰਾ ਵਾਸਤਨ ਕਾਲਖਿਤ ਮੰਦਾ ਮੇਸ ਕੁਝ ਲਾਦਾ ਪ੍ਰਸ਼ਦ, ਇਹਦਾ ਭਾਵ ਇਹ ਸੁਪਾ ਜਿਹੜੇ ਸੱਪ ਦੇ ਪੁਰਸ਼ ਹੁੰਦੇ ਨੇ ਉਹ ਸੋਲੀਏ ਸੱਪ ਨਾਲ ਜਾਦੇ ਜ਼ਹਿਰੀਲੇ ਹੁੰਦੇ ਨੇ, ਤੁਸੀਂ ਦਾਨੇ ਲੋਕ ਦੇ ਸਾਰੇ ਜਾਣਦੇ ਆ, ਵੱਡਾ ਸੱਪ ਕਿਸੇ ਦੇ ਲੜਿਆ ਹੋਵੇ ਉਹਦਾ ਇਲਾਜ ਹੋ ਜਾਂਦਾ, ਉਹਦੀ ਕਿਸਮ ਪਤਾ ਲੱਗ ਜਾਂਦੀ ਹੈ, ਪਰ ਜਦੋਂ
ਚੰਗਿਆ ਬੰਦਾ ਫਿਰ ਬਚਦਾ ਨਹੀਂ। ਆਓ ਦੇਖੋ ਹੁਣ ਚੁੱਪਾ ਸਰਹੱਦ ਸਰ ਕਰਕੇ ਇਹਨਾਂ ਨੂੰ ਕਹਿੰਦਾ ਬੱਜਿਓ, ਜਾਂ ਤਾਂ ਇਸਲਾਮ ਮੰਨ ਲਓ ਜਾਂ ਦੀਨ ਵਿਚਾ ਲਓ, ਨਹੀਂ ਤੇ ਮੌਤ ਦੇ ਘਾਟ ਉਤਾਰ ਦੇਵਾਂਗਾ। ਜੇ ਦੀਨ ਵਿਚਾ ਲੈ ਤੁਹਾਨੂੰ ਆਪਣੀਆਂ ਬੇਟੀਆਂ ਦੇ ਡੇਰਾ ਦੇ ਕੇ ਦੁਨੀਆਂ ਦਾ ਬਾਦਸ਼ਾਹ ਹੈ। ਜਾਓ ਮੋਹ ਅੰਦਰ ਦੀ ਰਾਹ ਨਾ।
ਗੰਗੂ ਦੇ ਘਰ ਕੱਟੀ, ਦਸ ਪੋਹ ਨੂੰ ਮਲਿੰਡੇ ਖਾਣੇ ਰਹਿ, ਆ ਗਿਆਰਾਂ ਪੋਹ ਦੀ ਜਿਹੜੀ ਪੇਸ਼ੀ ਹੈ, ਪਹਿਲੀ ਪੇਸ਼ੀ ਤੱਕ ਨੌ ਪੋਹ ਤੋਂ ਲੈ ਕੇ ਅਜੇ ਤੱਕ ਮੂੰਹ ਨੂੰ ਅੰਨ ਦਾ ਦਾਣਾ ਨਹੀਂ ਲੱਗਾ। ਸਾਹਿਬਜ਼ਾਦਿਆਂ ਨੂੰ ਬੜੇ ਡਰਾਵੇ ਦਿੱਤੇ, ਅਖੀਰ ਮੋੜ ਦਿੱਤਾ, ਕਹਿ ਦਿੱਤਾ ਕਿ ਇਹਨਾਂ ਦੀ ਮਾਂ ਨੂੰ ਸਮਝਾਇਆ ਜਾਵੇ, ਉਹ ਇਹਨਾਂ ਨੂੰ ਚੰਗੀਆਂ ਮੱਤਾਂ ਦੇ ਕੇ ਭੇਜੇ, ਜੇ ਇਹਨਾਂ ਨੂੰ ਉਹਨੇ ਸਿਆਣੇ ਬਣਾ ਕੇ ਨਾ ਭੇਜਿਆ ਤੇ ਮੌਤ ਦੇ ਘਾਟ ਉਤਾਰ ਦਿੱਤੇ ਜਾਣਗੇ। ਪਹਿਲੇ ਦਿਨ ਦੀ ਪੇਸ਼ੀ, ਸਾਹਿਬਜ਼ਾਦੇ ਮੁੜ ਕੇ ਆਪਣੀ ਮਾਂ ਕੋਲ ਗਏ, ਆਪਣੀ ਮਾਤਾ ਨੂੰ ਜਾ ਕੇ ਸਾਰਾ ਹਾਲ ਦੱਸਿਆ ਕਿ ਮਾਤਾ ਅੱਜ ਰਾਣ ਅੱਜ ਇਹ ਭੈੜੀ ਸਰਕਾਰ ਇਹਨਾਂ ਨੇ ਸਾਨੂੰ ਬੜੇ ਰਾਜ ਦਿੱਤੇ, ਬੜੇ ਡਰਾਵੇ ਦਿੱਤੇ, ਪਰ ਅਸੀਂ ਇਹ
ਇਹਨਾਂ ਦੇ ਡਰਾਵੇ ਮੰਨੇ ਨਾ, ਅਸੀਂ ਇਹਨਾਂ ਦੇ ਸਾਰੇ ਡਰਾਵੇ ਜੁੱਤੀ ਦੀ ਲੋਕ ਅੱਗੇ ਲਾ ਕੇ ਆਪਣੇ ਮੁਕੱਦਮੇ ਵਿੱਚ ਵਾਪਸ ਆਏ ਹਾਂ। ਸਮਾਂ ਪਿਆ ਅੱਜ ਰਾਤ ਇੱਕ ਕਰਮਾਂ ਵਾਲਾ ਭਰਾ ਪੁੱਛ, ਉਹਦਾ ਨਾਂ ਇਤਿਹਾਸ ਦੱਸਦਾ ਭਾਈ ਮੋਤੀ ਰਾਮ ਮਹਿਰਾ। ਉਹਨੇ ਬੜੇ ਔਖੇ ਹੋ ਕੇ ਜਤਨ ਕਰਕੇ ਘਰ ਦੀਆਂ ਕੁਝ ਚੀਜ਼ਾਂ ਪਹਿਰੇਦਾਰ ਨੂੰ ਦੇ ਕੇ ਤੇ ਇੱਕ ਗੜਵੀ ਦੁੱਧ ਦੀ ਘਰੋਂ ਲਿਆ ਕੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਛਕਾਈ। ਇਹਦੇ ਛਕਾਏ ਹੋਏ ਭੋਜਨ ਨੇ ਥੋੜਾ ਜਿਹਾ ਇਹਨੂੰ ਇਹਨਾਂ ਸਾਹਿਬਜ਼ਾਦਿਆਂ ਦੇ ਮਾਨ ਨੂੰ ਥੋੜੀ ਜਿਹੀ ਐਨਰਜੀ ਦਿੱਤੀ। ਸਮਾਂ ਪਿਆ ਅੱਜ ਦੀ ਰਾਤ ਵੀ ਸ਼ਹੀਦਾਂ ਨੂੰ ਯਾਦ ਕਰਦਿਆਂ ਨਾ ਗਈ। ਮਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਬੜੇ ਤਕੜੇ ਬੜੇ ਵੱਡੇ ਜ਼ਿੰਦੇ ਵਾਲੇ ਪਰਵਾਨ ਬਣਾ ਕੇ ਅੱਜ ਬਾਰਾਂ ਤੋਂ ਵਾਲੇ ਦਿਨ ਫਿਰ ਇਸ ਪਾਪੀ ਦੀ ਕਿਸੇ ਦੀ ਗੱਲ ਤੋਂ ਰਿਹਾ। ਕਹਿੰਦੇ ਨੇ ਜਦੋਂ ਸਾਹਿਬਜ਼ਾਦੇ ਤੁਰਨ ਲੱਗੇ, ਮਾਂ ਨੇ ਆਖਿਆ ਪੁੱਤਰੋ ਛੇਤੀ ਆਇਓ, ਵਕਤ ਹੈ। ਅੱਜ ਕੀ ਤੱਕਦੇ ਨੇ? ਇੱਕ ਬੰਨੇ ਖਡੌਣੇ ਪਏ ਨੇ, ਇੱਕ ਬੰਨੇ ਹਥਿਆਰ ਪਏ ਨੇ। ਜਿਹੜਾ ਦਰਵਾਜ਼ਾ ਕੱਲ ਵੱਡਾ ਖੁੱਲ੍ਹਾ ਸੀ, ਅੱਜ ਉਹਦੇ ਵਿੱਚ ਕੇਵਲ ਤੇ ਕੇਵਲ ਇੱਕ 3 ਫੁੱਟ ਦੀ ਨਿੱਕੀ ਬਾਰੀ ਹੈ। ਸਾਹਿਬਜ਼ਾਦਿਆਂ ਤੱਕਿਆ, ਦੋਵੇਂ ਮਰਦ ਖਲੋ ਗਏ। ਬਾਬਾ ਫਤਿਹ ਸਿੰਘ ਸਾਹਿਬ, ਉਹਨੇ ਬਾਬੇ ਜ਼ੋਰਾਵਰ ਸਿੰਘ ਕੋਲ ਵੇਖਿਆ, ਅੱਖ ਦੀ ਸਾਇੰਸ ਨੇ ਦੱਸਿਆ ਕਿ ਵੀਰਾ ਮੈਂ ਇਹਨਾਂ ਜਾਲਮਾਂ ਦੀ ਚਾਲ ਸਮਝ ਗਿਆ। ਬਾਬਾ ਫਤਿਹ ਸਿੰਘ ਸਾਹਿਬ, ਉਹਨੇ ਸਾਰੇ ਨੂੰ ਆਖਿਆ ਕਿ ਜੋ ਕੁਝ ਮੈਂ ਕਰਾਂਗਾ ਉਹ ਕੁਝ ਤੂੰ ਕਰ ਲਈ। ਕਹਿੰਦੇ ਨੇ ਦੋਹਾਂ ਮਰਦਾਂ ਨੇ ਆਪਣੇ ਸੱਜੇ ਪੈਰ ਦੀ ਜੁੱਤੀ ਪਹਿਲਾਂ ਉਸ ਕਚਹਿਰੀ ਵੱਲ ਪਾਈ। ਜਾਲਮ ਸੋਚਦਾ ਸੀ ਕਿ ਜਦੋਂ ਸਾਹਿਬਜ਼ਾਦੇ ਸਿਰ ਨਵਾ ਕੇ ਕਚਹਿਰੀ ਵੱਲ ਨੂੰ ਆਉਣਗੇ, ਅਸੀਂ ਜਾਲੀ ਦੇ ਨਾਲੇ ਲਾ ਦੇਵਾਂਗੇ, ਅਸੀਂ ਕਹਿ ਦੇਵਾਂਗੇ ਇਹਨਾਂ ਨੇ ਇਸਲਾਮ ਪ੍ਰਵਾਨ ਕਰ ਲਿਆ, ਇਹਨਾਂ ਨੇ ਇਸਲਾਮ ਨੂੰ ਸਿਰ ਝੁਕਾ ਦਿੱਤਾ ਹੈ। ਪਰ ਮਰਦਾਂ ਨੇ ਇਹਨਾਂ ਲਾਲਮਾਂ ਦੀ ਚਾਲ ਨੂੰ ਨਕਾਰਿਆ ਕਰ ਦਿੱਤਾ ਤੇ ਇਹਨਾਂ ਨੂੰ ਆਪਣੀ ਜੁੱਤੀ ਵਿਖਾ ਦਿੱਤੀ। ਕਹਿੰਦੇ ਨੇ ਇੱਕ ਬੰਦੇ ਸ਼ਸਤਰ ਨੇ, ਇੱਕ ਬੰਦੇ ਖਿਡੌਣੇ ਨੇ, ਪਰਖਣਾ ਚਾਹੁੰਦੇ ਨੇ ਕਿ ਇਹਨਾਂ ਦੇ ਦਿਮਾਗ ਵਿੱਚ ਕੀ ਫਿੱਟ ਕੀਤਾ ਹੋਇਆ ਹੈ। ਸਾਹਿਬਜ਼ਾਦੇ ਵੇਖ ਕੇ ਸ਼ਸਤਰਾਂ ਵੱਲ ਗਏ, ਆਵਾਜ਼ ਮਾਰੀ ਸਿੱਕੇ ਨਾਲ ਦੇ, ਆਖਿਆ ਸੂਬੇ ਦੀ ਕਚਹਿਰੀ ਵੱਲ ਨੂੰ ਆਓ, ਸੂਬੇ ਦੇ ਸਾਹਮਣੇ ਖਲੋਵੋ, ਤੁਹਾਡੇ ਨਾਲ ਸੂਬਾ ਸਰਹੰਦ ਗੜਬੜ ਕਰਨ ਦੀ ਚਾਹੁੰਦੇ ਨੇ। ਕਹਿੰਦੇ ਨੇ ਸੂਬਾ ਸਰਹੰਦ ਨੇ ਆਖਿਆ, ਉਹ ਬੱਚਿਓ ਅਜੇ ਵੀ ਮੇਰਾ ਦੇ ਦੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ, ਮੇਰੇ ਅੱਗੇ ਸਿਰ ਝੁਕਾ ਦੇਵੋ, ਮੈਂ ਤੁਹਾਡੀ ਗੱਲ ਬਖਸ਼ ਦੇਵਾਂਗਾ, ਤੁਹਾਨੂੰ ਨਵਾਬੀਆਂ ਦੇ ਦੇਵਾਂਗਾ, ਤੁਹਾਨੂੰ ਰਾਜ ਦੇ ਦੇਵਾਂਗਾ। ਪਰ ਦੋਵੇਂ ਮਰਦ ਜਿਹੜੇ ਉਹਨਾਂ ਨੇ ਸੂਬੇ ਦੀਆਂ ਸਾਰੀਆਂ ਗੱਲਾਂ ਨਕਾਰ ਦਿੱਤੀਆਂ। ਉਹਨੇ ਆਖਿਆ, ਨਾ ਤਾਂ ਤੇਰੀਆਂ ਬੇਟੀਆਂ ਦੇ ਡੋਲੇ ਚਾਹੀਦੇ ਨੇ, ਨਾ ਨਵਾਬੀਆਂ ਚਾਹੀਦੀਆਂ ਨੇ, ਨਾ ਸਾਨੂੰ ਤੇਰੀਆਂ ਸਰਦਾਰੀਆਂ ਚਾਹੀਦੀਆਂ ਨੇ। ਬੱਚਿਓ ਆਹ ਤੱਕੋ, ਤੁਹਾਡੇ ਬਾਪੂ ਦਾ ਸੀਸ ਪਿਆ ਹੈ, ਮੈਂ ਤੁਹਾਡਾ ਬਾਪੂ ਚੱਪਾ ਉੱਤੀ ਗਹਿਣੇ ਚ ਮਾਰ ਦਿੱਤਾ, ਤੁਹਾਡੇ ਵੀਰ ਮਾਰ ਦਿੱਤੇ ਨੇ। ਜਦੋਂ ਉਸ ਪਾਵਨ ਸੀਸ ਨੂੰ ਤੱਕਿਆ, ਪਛਾਣ ਲਿਆ ਕਿ ਸਾਡੇ ਬਾਪੂ ਦਾ ਨਹੀਂ, ਇਹ ਸਾਡੇ ਮਹਾਨ ਜਿਹੜੇ ਭਾਈ ਸੰਗਤ ਸਿੰਘ ਦਾ ਸੀਸ ਹੈ, ਇਹਦੇ ਉੱਤੇ ਕਲਗੀ ਲੱਗੀ ਹੈ, ਇਹਦੇ ਉੱਤੇ ਸੋਨਾ ਪਿਆ, ਇਹਦੇ ਉੱਤੇ ਚੱਕਰ ਪਿਆ ਹੈ। ਆਖਿਆ ਸੁਪਿਆ, ਦੁਨੀਆ ਦੀ ਕੋਈ ਤਾਕਤ ਨਹੀਂ ਜੰਮੀ ਜਿਹੜੀ ਕਾਗੀਆਂ ਵਾਲੇ ਬਾਪੂ ਨੂੰ ਜਿਉਂਦੇ ਦੀ ਮਾਰ ਸਕੇ। ਮਨੇ ਲਾ ਦਿਆ ਲਾ
Thank you.
ਮਾਤਾ ਦੇ ਕੋਲ ਗਏ, ਜਾਗ ਕੇ ਫਿਰ ਉਸੇ ਤਰ੍ਹਾਂ ਸਾਰੀ ਰਾਤ ਮਾਤਾ ਨੂੰ ਇਹਨਾਂ ਜਾਲਮਾਂ ਦੀਆਂ ਕਰਤੂਤਾਂ ਤੋਂ ਜਾਗ ਕਰਾਇਆ। ਰਾਤ ਪਈ, ਮਾਂ ਨੇ ਘੁੱਟ ਕੇ ਛਾਤੀ ਦੇ ਨਾਲ ਲਾ ਕੇ ਪੁੱਤਰਾਂ ਨੂੰ ਸੁਆਇਆ, ਛਾਤੀ ਦਾ ਨਿਗ ਦਿੱਤਾ। ਹੁਣ ਦਿਨ ਚੜ ਆਇਆ, ਅੱਜ ਅੰਮ੍ਰਿਤ ਵੇਲਾ ਹੋਇਆ, ਅੱਜ ਇੱਕ ਹਲਕਾਰਾ ਆਇਆ। ਉਹਨੇ ਆ ਕੇ ਗਲ ਵਿੱਚ ਪੱਲਾ ਪਾ ਕੇ ਭਰੇ ਹੋਏ ਨੇਤਰਾਂ ਦੇ ਨਾਲ ਉਦਾਸ ਦਿਲ ਦੇ ਨਾਲ ਆਖਿਆ, ਮਾਂ ਅੱਜ ਤੇਰੇ ਪੋਤਿਆਂ ਨੂੰ ਲੈਣ ਆਇਆ। ਮਾਤਾ ਨੇ ਆਖਿਆ, ਵੇ ਹੀਰਿਓ, ਅੱਗੇ ਵਾਰ ਤਾਂ ਰੋਜ਼ ਲੈਣ ਹੀ ਆਉਂਦੇ ਜੋ, ਅੱਜ ਕੀ ਗੱਲ ਹੈ, ਅੱਜ ਦਿਲ ਵਿਰਾਗ ਵਿੱਚ ਕਿਉਂ ਹੈ? ਕਹਿੰਦਾ, ਮਾਤਾ ਅੱਜ ਇਹੋ ਜਿਹਾ ਅੱਧਾ ਤੇਰੇ ਪੋਤਿਆਂ ਤੇ ਹਨੇਰੀ ਚੱਲ ਜਾਣੀ ਹੈ, ਅੱਜ ਆਪਣੇ ਪੋਤਿਆਂ ਨੂੰ ਗਾਲਾਂ ਲਾ ਕੇ ਪਿਆਰ ਕਰ ਲੈ। ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ, ਮਨ ਨੇਤਰ ਦੋਵੇਂ ਜੀ ਆਖਿਆ ਮਾਤਾ ਨੂੰ ਹਲਕਾਰੇ, ਕਰ ਤਿਆਰ ਪੋਤਿਆਂ ਨੂੰ ਮਨ ਦੇ ਚਿਣ ਚਿਣ ਕੇ ਦਸਤਾਰੇ, ਸੁਪਨਾ ਹੋ ਜਾਣਗੇ ਤੇਰੇ ਮਨ ਮੋਹਣੇ ਵੇਲੇ। ਗੱਲ ਲੱਗ ਕੇ ਕਰਨਾ ਮਾਂ, ਅੱਜ ਤੂੰ
ਜਾਂਦੀ ਵਾਰ ਦੇ ਮੇਲੇ ਅੱਜ ਲਾਜ ਲਗਾਣਾ ਨੀ ਭਗਤ ਨਾਲ ਲਗਾਣਾ ਦਿਲ ਦੇ ਅੱਜ ਅੱਖ ਵੇਲੇ ਨੂੰ ਤੈਨੂੰ ਵੀ ਵਿਛਵੇ ਨੀ ਮਿਲਦੇ ਟੁੱਟ ਜਾਣ ਹਨੇਰੀ ਸੇ ਮਾਤਾ ਅਜਨ ਮੇਰੇ ਹਰੀ ਸਾਹਿਬ ਦੇ ਇਹ ਕੇਲੇ ਨੇ ਨਾ ਇਹਨਾਂ ਦੇ ਹਨੇਰੀ ਦਾ ਹੁਣ ਪਤਾ ਨੀ ਕਰਨਾ ਟੁੱਟ ਜਾਣ ਹਨੇਰੀ ਸੇ ਤੇਰੇ ਹਰੀ ਸਾਹਿਬ ਦੇ ਕੇਲੇ ਗੱਲ ਲੱਗ ਕੇ ਕਰ ਲੈ ਬਾਹਰ ਤੂੰ ਜਾਂਦੀ ਮਾਨ ਦੇ ਮਿਲਣੇ ਆਜਾ ਮਾਤਾ ਮੈਨੂੰ ਉਹ ਦੱਸਦਾ ਅੱਜ ਤੇਰੇ ਪੁੱਤਾਂ ਦੇ ਦਿਲਾਂ ਦੇ ਪਹਾੜ ਟੁੱਟ ਜਾਣੇ ਨੇ ਅੱਜ ਤੇਰੇ ਪੁੱਤਾਂ ਦੇ ਸ਼ਾਮਾਂ ਨੂੰ ਤੇਰੇ ਮਿਲਣਾ ਨਹੀਂ ਅੱਜ ਅੰਦਰ ਮੇਰੇ ਆਪਣੇ ਪੁੱਤਾਂ ਦੇ ਦਿਲਾਲੇ ਕਰਦਾ ਹੈ ਅੱਜ ਇਹਨਾਂ ਤੂੰ ਘੁੱਟ ਕੇ ਛਾਤੀ ਨਾਲ ਵਾਲਾ ਹੈ ਆਖਰੀ ਵਾਰ ਦੀ ਤੇਰੀ ਤੇ ਤੇਰੇ ਪੋਤਿਆਂ ਦੀ ਮੁਲਾਕਾਤ ਹੈ ਮਾਂ ਨੇ ਆਪਣੇ ਪੁੱਤਾਂ ਨੂੰ ਤਿਆਰ ਕੀਤਾ ਤਿਆਰ ਕਰਕੇ ਤੋੜਨ ਲੱਗੀ ਅੱਜ ਤੋਂ 5:30 ਪਹਿਲਾਂ ਵਿਛੜੀ ਨਹੁੰ ਦਿੱਤਾ ਉਹ ਮਾਂ ਨੂੰ ਜਾਣਦਾ ਮਾਤਾ ਦੀ ਸੁਰਤੀ ਪਹੁੰਚ ਗਈ ਜਿਸ ਦਿਨ ਜਿੰਦਾ ਜਹਾਨ ਤੋਂ ਕੁਝ ਕਰਨ ਲੱਗੀ ਸੀ ਉਹਦੀ ਹਿੱਤ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਕਹਿੰਦੇ ਕਿ 2 ਵਰਿਆਂ ਦਾ ਲੇਟਦਾ ਸੀ ਦੁਨੀਆਂ ਦੇ ਲੋਕ ਦੁਨੀਆਂ ਦੇ ਖਿਡੌਣੇ ਬਾਬੇ ਫਤਿਹ ਸਿੰਘ ਸਾਹਿਬ ਅੱਗੇ ਰੱਖਦੇ ਸੀ ਪਰ ਬਾਬਾ ਫਤਿਹ ਸਿੰਘ ਕਹਿੰਦਾ ਸੀ ਅੱਜ ਖਿਡੌਣੇ ਨੀ ਅੱਜ ਮੈਨੂੰ ਮਾਂ ਚਾਹੀਦੀ ਹੈ ਉਸ ਵੇਲੇ ਜੀਤਾ ਨੇ ਆਪਣੀ ਸੱਸ ਮਾਂ ਗੁਜਰੀ ਨੂੰ ਮਾਰ ਮਾਰੀ ਇੱਕ ਕਵੀ ਨੇ ਲਿਖਿਆ ਸਾਰੇ ਬੱਚੇ ਨੂੰ ਖਿੱਚਿਆ ਉਹਨੇ ਆਖਿਆ ਜੀਤਾ ਆਖਿਆ ਮੈਂ ਸਾਹਮਣੇ ਨੀ ਮੈਂ ਆਪਣੀ ਖੇਡ ਬਤਾ ਤੈਨੂੰ ਇਹ ਵੀ ਜਾਣਦੀ ਆ ਅੱਜ ਨਹੀਂ ਵੇਲਾ ਪਰ ਮਾਤਾ ਮੌਤ ਅੱਗੇ ਨਾ ਕਿਸੇ ਦੀ ਵਾਹ ਚੱਲੀ ਆਪਣੇ ਮੋਹ ਦੇ ਬਾਗ ਦੇ ਫੁੱਲ ਕਰ ਤੇਰੀ ਝੋਲੀ ਨੀ ਅੰਮੀਆਂ ਬਾਹ ਚੱਲੀ ਜਾਣੇ ਰਾਮ ਕੀ ਤੇਰੇ ਨਾਲ ਬਿਕਣੀ ਆ ਮੈਂ ਤਾਂ ਆਪਣੀ ਬਾਜੀ ਪਕਾ ਚੱਲੀ ਰੱਖੀ ਕੁੜਕਲੇ ਦੇ ਨਾਲ ਲਾ ਕੇ ਮੇਰੇ ਜਿਗਰ ਦੀਆਂ ਇਹ ਨਿਸ਼ਾਨੀਆਂ ਨੇ ਪਾਪ ਬਖਸ਼ੀ ਇਸ ਦਿਨ ਪਰਵਾਹ ਚੜਾ ਜਦੋਂ ਵੇਣ ਆਏ ਨਾ ਗੁਰਬਾਨੀਆਂ ਨੇ ਉਸ ਵੇਲੇ ਮਾਤਾ ਨੂੰ ਯਾਦ ਆਇਆ ਕਿ ਕਿਸੇ ਟਾਈਮ ਇਹੀ ਦਿੱਤਾ ਕਹਿੰਦੀ ਸੀ ਤੇ ਕੰਜੀਆਂ ਵਾਲਿਆ ਮੇਰਾ ਜੀ ਕਰਦਾ ਮੇਰਾ ਜੀਤ ਸਿੰਘ ਵੱਡਾ ਹੋ ਗਿਆ ਹੈ ਮੈਂ ਇਹਦੇ ਲਈ ਬਹੁਤ ਲੱਭ ਕੇ ਲਿਆਵਾਂ ਮੇਰੇ ਦੋਵਾਂ ਦੇ ਸਿਰ ਤੋਂ ਪਾਣੀ ਵਾਜ ਕੇ ਪੀਣ ਨੂੰ ਜੀ ਕਰਦਾ ਮੇਰਾ ਆਪਣੇ ਪੁੱਤਾਂ ਦੇ ਵਿਆਹਾਂ ਤੇ ਘੋੜੀਆਂ ਗਾਉਣ ਨੂੰ ਜੀ ਕਰਦਾ ਸੀਤਲ ਜੀ ਹੋਣਾ ਨੇ ਫਿਰ ਉਹ ਬੱਚਾ ਖਿੱਚ ਦਿੱਤਾ ਉਦੋਂ ਫਿਰ ਮਾਂ ਆਪਣੇ ਪੋਤਿਆਂ ਨੂੰ ਤੋਲਣ ਲੱਗੀ ਅੱਗੇ ਰੋਜ਼ ਮਾਤਾ ਆਖਿਆ ਕਰਦੀ ਸੀ ਵੇ ਬੱਚਿਓ ਛੇਤੀ ਆਏ ਤੁਹਾਡੀ ਮਾਂ ਦਾ ਜੀ ਨਹੀਂ ਲੱਗਣਾ ਅੱਜ ਮਾਂ ਨੇ ਆਖਿਆ ਨਹੀਂ ਬਾਬਾ ਸਾਹਿਬ ਦਾ ਬਾਬਾ ਫਤਿਹ ਸਿੰਘ ਜੇਲ੍ਹ ਦੀ ਦੀਵਾਰ ਵਿੱਚੋਂ ਬਾਹਰ ਗਿਆ ਉਹਦਾ ਧਿਆਨ ਆਪਣੀ ਮਾਂ ਦੇ ਬੋਲਾਂ ਵੱਲ ਲੈ ਪਰ ਮਾਂ ਨੇ ਅੱਜ ਕੋਈ ਬੋਲ ਨਹੀਂ ਕੱਢਿਆ ਆਪਣੀ ਮਾਂ ਕੋਲ ਆ ਗਿਆ ਆਖਿਆ ਮਾਤਾ ਕੀ ਗੱਲ ਹੈ ਅੱਜ ਨੀ ਕਹਿਣਾ ਕਿ ਛੇਤੀ ਆਇਓ ਮਾਤਾ ਅੱਗੇ ਤਾਂ ਕਹਿੰਦੀ ਸਾਂ ਮੇਰਾ ਜੀ ਨੀ ਲੱਗਣਾ ਅੱਜ ਮੇਰਾ ਜੀ ਲੱਗ ਜਾਵੇਗਾ ਸੀਤਲ ਸਾਹਿਬ ਲਿਖਦੇ ਨੇ ਕਹਿੰਦੇ ਨੇ ਤੁਲ ਪਾਇਆ ਦੋਵੇਂ ਲੱਗ ਦੇ ਜਦ ਪੱਤੇ ਬੁਲਾ ਕੇ ਵਾਰ ਆਖਰੀ ਮਾਂ ਦੇ ਪੈਰੀ ਹੱਥ ਲਾ ਕੇ ਰੂਹੇ ਵਿੱਚੋਂ ਪੱਕ ਕੇ ਬੋਲੇ ਮੁਸਕਰਾ ਕੇ ਥੱਕ ਨਾ ਜਾਈਏ ਜੁੱਤੀਏ ਅਸੀਂ ਅਸੀਆਂ ਪਾ ਕੇ ਬੱਪਾ ਚਰਨਾ ਲਾਉਣਾ ਮਾਂ ਛੇਤੀ ਆਉਣਾ ਨਹੀਂ ਤਾਂ ਰਸੂਲ ਫਤਿਹ ਸਿੰਘ ਤੇਰਾ ਜੀ ਪਰਚਾਉਣਾ ਕਰ ਕਰ ਮਿੰਤਾ ਜੁੱਤੀਏ ਫਿਰ ਬਹੂ ਬਣਾਉਣਾ ਇਹਦਾ ਮਾਤਾ ਅੱਗੇ ਬਾਪੂ ਛੱਡ ਗਿਆ ਮਾਂ ਛੱਡ ਗਈ ਵੱਡੇ ਵੀਰ ਛੱਡ ਗਏ ਮਾਤਾ ਉਹਨਾਂ ਦਾ ਦੁੱਖ ਲੜਿਆ ਕਿਉਂ ਕਿ ਚੱਲਿਆ
ਮਾਤਾ ਅੱਜ ਸਾਡੇ ਮਗਰੇ ਆ ਜਾਵੀ, ਤੇਰੇ ਤੋਂ ਬਿਨਾਂ ਤੇਰੇ ਪੋਤਿਆਂ ਦਾ ਜੀ ਨਹੀਂ ਲੱਗਣਾ। ਦੇਖਿਓ ਕਿਤੇ ਕਾਲੀ ਨਾ ਕਰ ਦਿਓ, ਬਾਬੇ ਦੀ ਗੋਦ ਵਿੱਚ ਇਕੱਲੇ ਨਾ ਜਾ ਕੇ ਬਹਿ ਲਓ, ਆਪਣੀ ਸੱਸ ਮਾਂ ਨੂੰ ਨਾਲ ਲੈ ਕੇ ਚਲੇ ਜਾਓ, ਇਹ ਮੇਰੇ ਹੀ ਦਿਓ, ਮੈਂ ਮਗਰੇ ਆਵਾਂ। ਉਹ ਕੁੱਤਾ ਬਾਜ ਨੇ ਨਿਉਂਦੀਆਂ ਕਾਦੇ ਸੁਣੀਆਂ ਮਾਵਾਂ, ਮਾਵਾਂ ਕੁੱਤਾ ਤੋਂ ਬਾਜ ਕਦੇ ਨਿਉਂਦੀਆਂ ਨੇ। ਮਾਤਾ ਫਿਰ ਕਦੋਂ ਆਵੇਂਗੀ? ਮਾਂ ਨੇ ਆਖਿਆ ਮੈਂ ਤੁਹਾਡੇ ਮਗਰੇ ਆ ਜਾਣਾ, ਜਿੱਧਰ ਨੂੰ ਸਾਹਿਬਜ਼ਾਦੇ ਤੁਰੇ ਜਾਂਦੇ ਨੇ। ਮਾਂ ਉਹਨਾਂ ਨੂੰ ਤੱਕਦੀ ਰਹੀ ਹੈ, ਆਵਾਜ਼ਾਂ ਮਾਰੀਆਂ, ਜਿੱਦਾਂ ਆ ਆਪਣੇ ਬੱਚਿਆਂ ਦੀਆਂ ਘੋਟੀਆਂ ਗਾਲਾਂ ਹੈ, ਆ ਵੇਖ ਤੂੰ ਕਹਿੰਦੀ ਕਿਆ, ਤੇਰਾ ਤੇਰੇ ਪੁੱਤ ਵਿਆਹ ਨੂੰ ਜੀ ਕਰਦਾ, ਵੇਖ ਤੇਰੀ ਮਾਂ ਕੱਲੀ ਰਹਿ ਗਈ, ਆਪ ਦੋਵੇਂ ਰਹਿ ਗਈਆਂ, ਸੱਚ ਖੰਡ ਚੋਂ ਉਧਾਰੇ ਖੰਡ ਲੈ ਕੇ ਆ, ਤੇ ਆਪਾਂ ਇਹਨਾਂ ਬੱਚਿਆਂ ਦੀਆਂ ਘੋਟੀਆਂ ਗਾਲੀਆਂ। ਕਿੰਨੇ ਦੇ ਸਾਹਿਬਜ਼ਾਦੇ ਚਲੇ ਗਏ ਸੂਬੇ ਦੀ ਕਚਹਿਰੀ ਵਿੱਚ ਗਏ, ਸੂਬੇ ਨੇ ਫਿਰ ਬੜਾ ਆਖਿਆ, ਸਾਹਿਬਜ਼ਾਦੇ ਇੰਨਾ ਮੰਗੀ, ਸਮਾਂ ਆਪਣੀ ਗੱਲ ਚੱਲਿਆ, ਕੋਲੇ ਬੈਠਾ ਸ਼ੇਰ ਮਹਾਮਦ ਖਾਨ, ਨਵਾਬ ਕੋਟਲੇ ਦਾ ਵਜ਼ੀਰ ਹੈ, ਉਹਨੂੰ ਆਵਾਜ਼ ਦਿੱਤੀ, ਆਖਿਆ ਮਹਾਮਦ ਖਾਨ ਆ, ਤੇਰੇ ਭਰਾਵਾਂ ਨੂੰ ਇਹਨਾਂ ਦੇ ਬਾਪੂ ਨੇ ਮਾਰਿਆ, ਅਜੇ ਲੜਾਈ ਇਹਨਾਂ ਨੂੰ
ਮਾਰ ਕੇ ਧੋਤੀ ਚਿੱਟ ਦੇ ਦੇ ਤੇ ਆਪਣੇ ਦੀਨਾਂ ਦਾ ਬਦਲਾ ਲੈ ਲੈ, ਇਸਲਾਮ ਵਿੱਚ ਸਦਾ ਵਾਸਤੇ ਤੇਰੀਆਂ ਗੱਲਾਂ ਹੁੰਦੀਆਂ ਰਹਿਣਗੀਆਂ। ਬਾਈ ਜੀ ਓ ਉਸ ਬਹਾਦਰ ਮਰਦ ਨੇ ਆਖਿਆ, ਸੂਬਾ ਖਾਨ ਠੀਕ ਹੈ, ਮੇਰੇ ਗੁਨਾਹ ਇਹਨਾਂ ਦੇ ਬਾਪ ਨੇ ਮਾਰੇ ਨੇ, ਪਰ ਲੜ ਮੈਦਾਨ ਵਿੱਚ ਮਾਰੇ ਨੇ, ਜੇ ਮੈਂ ਮਰਦ ਹੋਵਾਂਗਾ ਆਪਣੇ ਭਰਾਵਾਂ ਦਾ ਬਦਲਾ ਇਹਨਾਂ ਦਾ ਬਾਪੂ ਗੁਰੂ ਗੋਬਿੰਦ ਸਿੰਘ ਤੇ ਰਣ ਮੈਦਾਨ ਵਿੱਚ ਲਵਾਂਗਾ, ਪਰ ਇਹਨਾਂ ਦੁੱਧ ਮਸੀਰ ਇਹਨਾਂ ਦੁੱਧ ਚੁੰਗ ਦੇ ਬੱਚਿਆਂ ਦੇ ਉੱਤੇ ਬਾਲਾਂ ਦੇ ਉੱਤੇ ਹੱਥ ਠਾਉਣਾ ਮੈਨੂੰ ਸਿਰਾ ਇਜਾਜ਼ਤ ਨਹੀਂ ਦਿੰਦੀ, ਮੈਂ ਇਹਨਾਂ ਤੇ ਵਾਰ ਕਰਕੇ ਇਹਨਾਂ ਤੇ ਵੈਰ ਕਮਾ ਕੇ ਆਪ ਮਰਕਾਂ ਦਾ ਭਾਗੀ ਨਹੀਂ ਹੋਣਾ ਚਾਹੁੰਦਾ। ਸਮਾਂ ਪਿਆ, ਜਦੋਂ ਕੋਈ ਨਾ ਚਾਲ ਚੱਲੀ ਕੋਈ ਨਾ ਮੰਨਿਆ, ਅਖੀਰ ਸੱਚਾਨੰਦ ਕਾਜਰ ਨੂੰ ਆਖਿਆ ਫਤਵਾ ਲਾ, ਉਹਨੇ ਫਿਰ ਫਤਵਾ ਲਾਇਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਓ। ਕਹਿੰਦੇ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ, ਇਲਾਕੇ ਵਿੱਚ ਢਲੋਰਾ ਪੁੱਟਿਆ, ਕੋਈ ਜਲਾਦ ਅੱਗੇ ਨਾ ਆਇਆ, ਫਿਰ ਸਮਾਣੇ ਦੇ ਰਹਿਣ ਵਾਲੇ ਦੋ ਜਲਾਦ ਸ਼ਾਸਨ ਵੇਖ ਕੇ ਬਚ ਕੇ ਦੋਵੇਂ ਭਰਾ ਜਿਹਨਾਂ ਦਾ ਮੁਕਦਮਾ ਚੱਲਦਾ ਹੈ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਨੂੰ ਤੁਹਾਡੇ ਮੁਕਦਮੇ ਤੋਂ ਬਰੀ ਕਰ ਦੇਵਾਂਗੇ, ਇਹਨਾਂ ਨੂੰ ਸ਼ਹੀਦ ਕਰ ਦੇਵੇ। ਹੁਣ ਉਹ ਸ਼ਾਸਨ ਵੇਖ ਕੇ ਬਚ ਕੇ ਆ ਗਿਆ, ਧਰਤੀ ਦੀ ਇੱਕ ਜਗ੍ਹਾ ਲੱਭ ਲਈ, ਉਸ ਜਗ੍ਹਾ ਦੇ ਉੱਤੇ ਸਾਹਿਬਾਂ ਦੇ ਕਿਨਾਰੇ ਤੇ ਦੀਵਾਰ ਚੜ੍ਹਨੀ ਸ਼ੁਰੂ ਕੀਤੀ। ਦੀਵਾਰ ਇਸ ਤਰ੍ਹਾਂ ਨਹੀਂ ਕਿ ਸਾਹਿਬਜ਼ਾਦੇ ਖਿਲਾਰ ਕੇ ਘੇਰੇ ਘੇਰੇ ਇੱਕ ਦੀਵਾਰ ਵੱਲ ਲਈਏ, ਸਾਹਿਬਜ਼ਾਦਿਆਂ ਦੀਆਂ ਜਿਸ ਤਰ੍ਹਾਂ ਆਪਾਂ ਮਕਾਨ ਛੱਤਦੇ ਹਾਂ ਤੇ ਪਿੱਲਰ ਸਰੀਆ ਭਰ ਕੇ ਉਹਦੇ ਵਿੱਚ ਬਜਰੀ ਪਾਉਂਦੇ ਹਾਂ, ਮਟੀਰੀਅਲ ਭਰਦੇ ਹਾਂ, ਉਸੇ ਤਰ੍ਹਾਂ ਇਹਨਾਂ ਨੂੰ ਖਿਲਾਰ ਕੇ ਇਹਨਾਂ ਦੀਆਂ ਲੱਤਾਂ ਵਿੱਚੋਂ ਦੀ ਕੰਧ ਸਦੇਗੀ। ਕਹਿੰਦੇ ਨੇ ਗਿੱਟਿਆਂ ਤੇ ਕੰਧ ਆਈ, ਗਿੱਟਿਆਂ ਤੋਂ ਗੋਡਿਆਂ ਤੇ ਗਈ, ਜਲਾਦ ਸ਼ੈਣੀ ਦੇ ਨਾਲ ਤੇਜ਼ੀ ਦੇ ਨਾਲ ਇੱਕ ਨੂੰ ਭੱਜ ਕੇ ਉੱਤੇ ਲਾਉਣਾ ਚਾਹੁੰਦਾ ਹੈ। ਲਾ ਕੇ ਖਲੋਤੇ ਪਾਪੀ ਕਾਜੀ ਸੱਚਾਨੰਦ ਨੇ ਆਖਿਆ, ਉਹ ਸਰਕਾਰ ਦੀ ਇੱਟ ਨੂੰ ਖਰਾਬ ਕਰਦਾ ਜਿੱਥੇ ਕੋਈ ਇਹਨਾਂ ਦੇ ਸਰੀਰ ਦਾ ਹੱਡ ਅੰਗ ਪੈਰ ਅੜਦਾ ਉਹਨੂੰ ਛਾਂਗ ਦੇ। ਕਹਿੰਦੇ ਨੇ ਗੋਡੇ ਛਾਂਗ ਦਿੱਤੇ, ਗਿੱਟੇ ਛਾਂਗ ਦਿੱਤੇ, ਛਾਤੀ ਤੱਕ ਕੰਧ ਆਈ। ਦੋਵੇਂ ਸਾਹਿਬਜ਼ਾਦੇ ਟਿੰਗੇ ਜਾ ਰਹੇ ਨੇ, ਬਾਬਾ ਫਤਿਹ ਸਿੰਘ ਸਾਹਿਬ ਉਹਨੇ ਬਾਬੇ ਜੋਰਾਵਰ ਸਿੰਘ ਦੇ ਪੁੱਤਰੇ ਵੱਲ ਵੇਖਿਆ, ਬਾਬੇ ਜੋਰਾਵਰ ਸਿੰਘ ਦੇ ਨੈਣਾਂ ਵਿੱਚ ਹੰਝੂ ਆਏ ਨੇ, ਵੇਖਿਆ ਆਖਿਆ ਵੀਰਾ ਕੀ ਗੱਲ ਹੈ, ਡਰ ਗਿਆ, ਮੌਤ ਤੋਂ ਡਰਦਾ ਹੈ, ਤੂੰ ਕਲਗੀ ਧਰਨਾ ਪੋਤਾ ਹੈ, ਤੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਪੋਤਾ ਹੈ, ਮੇਰਾ ਤੇਰੀਆਂ ਅੱਖਾਂ ਵਿੱਚ ਵਿਰਾਗ ਕਿਉਂ? ਬਾਬਾ ਜੋਰਾਵਰ ਸਿੰਘ ਕਹਿੰਦਾ, ਫਤਿਹ ਸਿੰਘਾ ਇਸ ਗੱਲ ਦਾ ਵਿਰਾਗ ਨਹੀਂ ਕਿ ਮੈਨੂੰ ਮੌਤ ਆਉਣ ਵਾਲੀ ਹੈ, ਮੈਨੂੰ ਜਦ ਪਸੀਏ ਦੇ ਰਹੇ ਨੇ, ਵਿਰਾਗ ਇਸ ਗੱਲ ਦਾ ਹੈ ਕਿ ਤੂੰ ਮੇਰੇ ਨਾਲੋਂ ਜ਼ਿਆਦਾ ਕਰਮਾਂ ਵਾਲਾ ਹੈ, ਤੂੰ ਸੰਸਾਰ ਤੇ ਮੇਰੇ ਤੋਂ ਬਾਅਦ ਵਿੱਚ ਆਇਆ, ਮੈਂ ਤੇਰੇ ਤੋਂ ਪਹਿਲਾਂ ਆਇਆ, ਪਰ ਅੱਜ ਬਾਬੇ ਦੀ ਗੋਦ ਤੈਨੂੰ ਪਹਿਲਾਂ ਨਸੀਬ ਹੋਣੀ ਹੈ ਤੇ ਮੈਨੂੰ ਬਾਬੇ ਦੀ ਗੋਦ ਵਿੱਚ ਜਾ ਕੇ ਬਾਅਦ ਵਿੱਚ ਬੈਠ ਦਾ ਮੌਕਾ ਮਿਲਣਾ। ਬਾਬੇ ਫਤਿਹ ਸਿੰਘ ਨੇ ਆਖਿਆ, ਵੀਰਾ ਦੱਸਣਾ ਇਸ ਦਾ ਇਲਾਜ ਮੇਰੇ ਕੋਲ ਹੈ, ਮੈਂ ਥੋੜਾ ਜਿਹਾ ਲੋਕਾਂ ਤੇ ਭਾਰ ਪਾਉਂਦਾ, ਤੂੰ ਆਪਣੇ ਸਰੀਰ ਨੂੰ ਠਾ ਨੱਪ, ਆਪਾਂ ਇਕੱਠੇ ਬਾਬੇ ਦੀ ਗੋਦ ਵਿੱਚ ਜਾ ਕੇ ਬਣਾਂਗੇ। ਵਿਦਵਾਨ ਕਹਿੰਦਾ, ਮੈਨੂੰ ਸੱਪੇ ਪੀੜਾ ਮੰਦੀ ਹੈ, ਇੱਕ ਬੁਰੀ ਭਾਈਆਂ ਦੀ ਪੀੜ, ਜਿਵੇਂ ਖਾਧਾ ਹਰਾਮ ਨਹੀਂ ਪੱਟਦਾ ਤੇ ਵਿਠਣ ਲਿਆ ਨਹੀਂ ਰਹਿੰਦਾ ਨੀਰ ਕਿ ਜਿਉਣਾ ਉਹਨਾਂ ਬਾਵਾਂ ਦਾ ਉਹ ਮੋਏ ਭੁੱਲਦੇ ਆਲਮਾਂ ਭਾਵੇਂ ਹੋ ਕੇ ਮਤਲਬ
ਫਕੀਰ ਕੀ ਜਿਉਣਾ ਉਹਨਾਂ ਭਾਈਆਂ ਦਾ ਵਿਛੜਾਂ ਜਿੰਨਾਂ ਦੇ ਜੀਵਨ ਅੱਜ ਦੋਵੇਂ ਸਾਹਿਬਜ਼ਾਦ ਦੀਆਂ ਸੁਣਦੇ ਨੇ ਦੋਵਾਂ ਦੇ ਸਰੀਰ ਨੀਹਾਂ ਵਿੱਚ ਉਤੋਂ ਦਿੱਤੇ ਗਏ ਨੇ ਦੁਨੀਆਂ ਦੇ ਉੱਤੇ ਪਾਪ ਦੀ ਇੰਤਹਾ ਹੋ ਗਈ ਹੈ ਉਹ ਸੂਬਾ ਸਰਹੱਦ ਉਹ ਸਰਹੱਦ ਦੀ ਧਰਤੀ ਦੇ ਉੱਤੇ ਜਿਹੜਾ ਜ਼ੁਲਮ ਕਰ ਰਿਹਾ ਤੇ ਦੋ ਕੀਮਤੀ ਜਿੰਦਾ ਜਿਸ ਤਰ੍ਹਾਂ ਨੀਹਾਂ ਵਿੱਚ ਖਲੋ ਕੇ ਅਲੋਪ ਹੋ ਜਾ ਰਹੀਆਂ ਇੱਕ ਵਰਾਗ ਪਾਈ ਸ਼ਬਦ ਦੇ ਰਾਹੀਂ ਧਰਤੀ ਕਥਾ Thank you.
ਦੋਵਾਂ ਦੀਆਂ ਸਾਰਾ ਇਹਨਾਂ ਜਲਾਦਾਂ ਨੇ ਸੂਰੇ ਨੇ ਕੱਟ ਦਿੱਤੀਆਂ
ਬਾਬਾ ਫਤਿਹ ਸਿੰਘ ਸਾਹਿਬ ਦੀ ਪੈਰ ਦੀ ਸੱਜੀ ਖੱਡੀ ਸਾਢੇ 12 ਮਿੰਟ ਸਰਹੰਦ ਦੀ ਧਰਤੀ ਦੇ ਉੱਤੇ ਵੱਜਦੀ ਰਹੀ। ਮੈਂ ਤੋਂ ਇਹ ਕਹਿ ਰਹੀ ਹੋਵੇ ਕਿ ਹੁਣ ਸਰਹੰਦ ਦਾ ਨਾਮੋ ਨਿਸ਼ਾਨ ਛੇਤੀ ਮਿਟ ਜਾਵੇ। ਇਹ ਸਾਰੀ ਖਬਰ ਮੇਰੀ ਮੋਤੀ ਮਹਿਰਾ ਮੋਤੀ ਮਹਿਰਾ ਭੱਜ ਕੇ ਠੰਡੇ ਦੁੱਧ ਵਿੱਚ ਮਾਤ ਹੋ ਗਿਆ। ਅੱਗੇ ਰੋਜ਼ ਲੋਕੀ ਆਇਆ ਕਰਦਾ ਸੀ, ਡਰ ਕੇ ਆਇਆ ਕਰਦਾ ਸੀ, ਪਰ ਅੱਜ ਬਾਬਾ ਮੋਤੀ ਰਾਮ ਮਹਿਰਾ ਸਰਕਾਰ ਨੂੰ ਗਾਲਾਂ ਕੱਢਦਾ ਆਉਂਦਾ ਹੈ। ਮਾਂ ਨੇ ਆਖਿਆ ਵੇ ਮੋਤੀ ਕੀ ਗੱਲ ਹੈ, ਸਰਕਾਰ ਨੂੰ ਗਾਲਾਂ ਕਿਉਂ ਕੱਢਦਾ ਆਉਂਦਾ? ਕਹਿੰਦਾ ਮਾਂ ਅੱਜ ਇਸ ਸਰਕਾਰ ਨੇ ਕੰਮ ਹੀ ਗਾਲਾਂ ਵਾਲਾ ਕੀਤਾ ਹੈ, ਤੇਰੇ ਜਿਗਰ ਦੇ ਟੁੱਟੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ। ਆ ਮੋਤੀ ਮਹਿਰਾ ਕਹਿੰਦਾ ਉਹਦਾ ਉਹਦੇ ਨੀਰ ਨੈਣਾ ਤੋਂ ਵਹਿੰਦਾ ਹੈ, ਜਿੰਨਾ ਦੀਆਂ ਡੀਕਾਂ ਕਰਦੀ ਸੈ ਉਹ ਤੇਥੋਂ ਅੱਜ ਵਿਛੋੜ ਗਏ। ਤੇਰੇ ਸੂਰਜ ਮੁਖੀਏ ਫੁੱਲੇ ਮੀਏ ਤੋਂ ਮੌਤ ਰਾਣੀ ਨੇ ਤੋੜ ਲੈ। ਮਾਂ ਜਿੰਨਾ ਪੁੱਤਾਂ ਤੇ ਮਾਣ ਕਰਦੀ ਸਨ ਉਹ ਅੱਜ ਤੈਨੂੰ ਛੱਡ ਕੇ ਚਲੇ ਗਏ ਨੇ। ਵੇ ਮੋਤੀ ਸੱਚ ਕਹਿੰਦਾ ਮੇਰੇ ਰਾਜ ਸ਼ਹੀਦ ਹੋ ਗਏ, ਇਹ ਪਰ ਧਰਮ ਨੂੰ ਵੱਟਾਂ ਤੇ ਲਾਇਆ ਤੇ ਨਹੀਂ ਨਾ, ਸੀ ਉਹ ਖੂਨ ਮੇਰੇ ਗੋਬਿੰਦ ਦਾ ਹੀ, ਪਰ ਮਸੂਮ ਸਨ ਜਿੱਤ ਡਲਾਇਆ ਤੇ ਨਹੀਂ ਨਾ। ਕਿਤੇ ਮੇਰੇ ਜੋਰਾਵਰ ਸਿੰਘ ਨੇ, ਕਿਤੇ ਮੇਰੇ ਫਤਿਹ ਸਿੰਘ ਨੇ ਚੀਕ ਤੇ ਨਹੀਂ ਮਾਰੀ? ਆਖਿਆ ਮਾਂ ਨਹੀਂ, ਉਹ ਮਰਦਾ ਵਾਂਗ ਸ਼ਹੀਦ ਹੋ ਗਿਆ। ਫਿਰ ਮਾਂ ਨੇ ਵੀ ਆਖਿਆ ਮੋਤੀ ਦੁਨੀਆਂ ਤੇਰੀ ਸਲਾਮਾਂ ਕਰੇਗੀ, ਤੁਹਾਨੂੰ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਨੂੰ ਦੁੱਧ ਪਿਆਇਆ। ਆਖਿਆ ਮੋਤੀ ਫਿਰ ਜੇ ਮੇਰੇ ਪੁੱਤ ਚਲੇ ਗਿਆ ਮੈਂ ਜਹਾਨ ਤੇ ਕੀ ਕਰਦਾ? ਹੰਸ ਮਾਨ ਸਰੋਵਰ ਉੱਡ ਚੱਲਿਆ, ਪਿੱਛੇ ਹੰਸਾਂ ਦੇ ਹੰਛਾਂ ਦੀ ਛਾਂ ਚੱਲੀ, ਦੇਸ਼ ਕੌਮ ਦੇ ਹਿੱਤ ਸਰੀਰ ਚੱਲਿਆ, ਉਹ ਪਿੱਛੇ ਪੁੱਤਾਂ ਦੇ ਪੁੱਤਾਂ ਦੀ ਮਾਂ ਚੱਲੀ। ਐਵੇਂ ਥੋੜਾ ਕਹਿੰਦੇ ਨੇ ਕਿ ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਕਿਤੇ ਉਹ ਨਜ਼ਰ ਨਾ ਆਈ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਮੁਰਝਾਉਂਦੇ, ਐ ਪਰ ਫੁੱਲਾਂ ਦੇ ਕਮਲ ਆਇਆ ਇਹ ਬੂਟਾ ਸੁਖ ਜਾਏ। ਅੱਜ ਮਾਂ ਵੀ ਪੁੱਤਾਂ ਦੇ ਮਗਰ ਤੁਰ ਗਈ ਤੇ ਕਈ ਲੋਕਾਂ ਨੇ ਇਹ ਕਹਿ ਦਿੱਤਾ ਮਾਂ ਨੇ ਬੁਰਜ ਤੋਂ ਡਿੱਗ ਕੇ ਛਾਲ ਮਾਰ ਦਿੱਤੀ। ਜਿਹੜੀ ਮਾਂ ਨੇ ਭਰ ਜਵਾਨੀ ਵਿੱਚ ਆਪਣੇ ਸਿਰ ਦਾ ਸਾਈ ਜਹਾਨ ਤੋਂ ਤੋੜ ਦਿੱਤਾ ਹੋਵੇ, ਜਿਹੜੀ ਮਾਂ ਨੇ ਆਪਣੇ ਇੰਨਾ ਸਮਾਂ ਜ਼ਿੰਦਗੀ ਦਾ ਬਤੀਤ ਕਰ ਲਿਆ ਹੋਵੇ ਤੇ ਰੱਬ ਨੇ ਉਹਦੀ ਹੋਰ ਨੂੰ ਭਾਗ ਨਾ ਲਾਇਆ ਹੋਵੇ ਤੇ ਉਹਨੇ ਕਦੀ ਰੱਬ ਤੇ ਸ਼ਿਕਵਾ ਨਾ ਕੀਤਾ ਹੋਵੇ, ਜਿਹੜੀ ਮਾਂ ਦਾ ਹੱਸਦਾ ਵੱਸਦਾ ਪਰਿਵਾਰ ਉੱਜੜ ਗਿਆ ਹੋਵੇ, ਉਹਨੇ ਕਦੀ ਸ਼ਿਕਵਾ ਨਾ ਕੀਤਾ ਹੋਵੇ ਉਸ ਡਾਢੇ ਦੇ ਅੱਗੇ, ਉਹ ਮਾਂ ਉਸ ਅਕਾਲ ਪੁਰਖ ਦਾ ਭਾਣਾ ਬੰਨਣ ਵਾਲੀ ਸੀ, ਨਾ ਕਿ ਆਤਮ ਹੱਤਿਆ ਕਰਨ ਵਾਲੀ। ਡਿੱਗ ਕੇ ਮਰ ਜਾਣਾ ਕੈਰਾਂ ਦਾ ਕੰਮ ਹੁੰਦਾ ਹੈ, ਮਾਂ ਗੁਜਰੀ ਕੈਰਾਂ ਤੋਂ ਨਹੀਂ, ਉਹ ਬਹਾਦਰ ਯੋਧਿਆਂ ਦੀ। ਮਾਂ ਗੁਜਰੀ ਜਰਨੈਲ ਦੀ ਮਾਂ ਸੀ, ਯੋਧੇ ਦੀ ਮਾਂ ਸੀ, ਮਾਂ ਗੁਜਰੀ ਇੱਕ ਬਹਾਦਰ ਮਰਦ ਦੀ ਪਤਨੀ ਸੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਯੋਧਿਆਂ ਦੇ ਯੋਧਿਆਂ ਦੀ ਨਾਂ ਸੀ। ਏਡਾ ਤਗੜਾ ਖਾਨਦਾਨ ਹੋਵੇ ਤੇ ਉਹ ਮਾਂ ਕਿੱਦਾਂ ਬਾਣੀ ਤੋਂ ਉਲਟ ਜਾ ਸਕਦੀ ਹੈ? ਜਿਹੜੀ ਬਾਣੀ ਕਹਿੰਦੀ ਆਤਮ ਘਾਤੀ ਹੈ ਜਗਤ ਕਸਾਈ, ਫਿਰ ਕਸਾਈਆਂ ਵਾਲੇ ਕੰਮ ਮਾਂ ਨਹੀਂ ਕਰ ਸਕਦੀ। ਆ ਸਾਡੇ ਜਿਹੜੇ ਕੁਝ ਮੇਰੇ ਵਰਗੇ ਇੱਕ ਅੱਧੀ ਕਿਤਾਬ ਪੜ੍ਹ ਕੇ ਆਪਣੇ ਆਪ ਨੂੰ ਗਿਆਨਾਂ ਸੋ ਸਮਝਣ ਲੱਗ ਪਏ ਤੇ ਉਹਨਾਂ ਦੀਆਂ ਕਾਟਾਂ ਸੀ, ਪਰ ਉਹ ਮਾਂ ਸ਼ਹੀਦ ਹੋਈ ਠੰਡੇ। ਇਸ ਤੋਂ ਅੱਗੇ ਜਾਣ ਦਾ ਸਮਾਂ ਨਹੀਂ, ਪਹਿਲਾਂ ਸਮਾਂ ਵੱਧ ਲੱਗ ਗਿਆ ਮੈਨੂੰ।
ਮੈਨੂੰ ਆਗਿਆ ਦੇ ਦੇਵੋ, ਮੇਰੀਆਂ ਧੁਨਾਂ ਮੇਰੀ ਧੁਨੀ ਵਿੱਚ ਪਾ ਦਿਓ। ਆਓ ਹੁਣ ਅਨੰਦ ਸਾਹਿਬ ਦਾ ਜਾਪ ਹੋਵੇਗਾ, ਤੁਹਾਡੀ ਦਿੱਤੀ ਮਾਇਆ ਸਾਡੇ ਕੋਲ ਪਹੁੰਚ ਗਈ। ਅਰਦਾਸ ਕਰਦੇ ਹਾਂ ਗੁਰੂ, ਇਹ ਮਾਇਆ ਕਿਸੇ ਚੰਗੇ ਥਾਂ ਤੇ ਲਵਾਵੇ, ਦਿਓ ਸੱਜਣਾ ਸਿੱਖਿਆ ਜੋ ਹੋਵੇ ਸਾਹਿਬ ਚੋਂ ਮੇਲ ਲੋਕ ਕੀਏ ਪਰ ਲੋਕ ਚੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਹੁਣ ਅਨੰਦ ਸਾਹਿਬ ਦਾ ਜਾਪ ਕਰੀਏ, ਉਪਰੰਤ ਸਾਂਝੀ ਫਤਿਹ ਬੁਲਾ ਦਿੱਤੀ ਜਾਵੇ। ਸਤਿ ਗੁਰੂ ਜੀ ਆਪ ਨੂੰ ਸੇ
ਮਹਾਦੇਵ।